ਕੀ ਪ੍ਰੋਬਲਮ ਹੁੰਦੀ ਹੈ ਮੇਨ ਸਿਕਿਉਰਿਟੀ ਕਿ ਆਪਣਾ ਜਿਹੜਾ ਸਮਾਨ ਹੈਗਾ ਉਹ ਸੇਫ ਹੈ ਕਿ ਨਹੀਂ ਹੈਗਾ ਉਹ ਪੈ ਕੇ ਭਾਈ ਕਹਿੰਦੇ ਐਡਾ ਭੈੜਾ ਮੁੰਡਾ ਵੀਡੀਓ ਕਿਸੇ ਦੀ ਨਹੀਂ ਕਟਵੇਗੀ ਇਹ ਵਾਅਦਾ ਰਿਹਾ ਕਿਆ ਬਾਤ ਹੈ ਫੀਲਿੰਗ ਵੀ ਨਾਲ ਨਾਲ ਚੱਲ ਰਹੀ ਹੈ ਉਹ ਬਾਕੀ ਯਾਰ ਬੜੀ ਸਪੀਡ ਹੈ ਯਾਰ ਬੱਚਿਆਂ ਲਈ ਬਹੁਤ ਪਿਆਰੀ ਗਨ ਹੈਗੀ ਆ ਇਹ ਅਟੈਕ ਕਰ ਸਕਦੇ ਨੇ ਕਿਸੇ ਤੇ ਵੀ ਪਾਣੀ ਨਾਲ ਉਹ 100 ਦੀ ਪਰਤੀ ਐਕਸਟਰਾ ਕਢਾ ਕੇ ਬੜੀ ਘੈਂਟ ਜਗ੍ਹਾ ਬਣਾਈ ਆ ਬੈਕ ਵਿਦ ਅਨਦਰ ਵੀਡੀਓ ਹੋਪ ਕਰਾਂਗੇ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਹੋ ਗਏ ਨਵਾਂ ਦਿਨ ਅਤੇ ਨਵੇਂ ਵਲੋਗ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਤੇ ਅੱਜ ਦੇ ਵਲੋਗ ਦੇ ਵਿੱਚ ਗਾਈਜ਼ ਤੁਹਾਨੂੰ ਆਪਾਂ ਬਹੁਤ ਹੀ ਪਿਆਰੀ ਲੋਕੇਸ਼ਨ 'ਤੇ ਲੈ ਕੇ ਚੱਲੇ ਹੈਗੇ ਹਾਂ ਪੰਜਾਬ ਦੀ ਬਹੁਤ ਹੀ ਖੂਬਸੂਰਤ ਜਗ੍ਹਾ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਹੈ ਕਿਉਂਕਿ ਅਸੀਂ ਤੁਹਾਨੂੰ ਅੱਜ ਲੈ ਕੇ ਆਏ ਹੈਗੇ ਹਾਂ ਨੌਰਥ ਇੰਡੀਆ ਦਾ ਸਭ ਤੋਂ ਵੱਡਾ ਵਾਟਰ ਪਾਰਕ ਜਿਹੜਾ ਸਾਡੇ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਵਿੱਚ ਬਣਿਆ ਹੈਗਾ ਵਾ ਅਤੇ ਉੱਥੇ ਲੈ ਕੇ ਆਇਆ ਤੁਹਾਨੂੰ ਪੂਰਾ ਐਕਸਪਲੋਰ ਕਰਾਂਗੇ ਸਾਰੀ ਗੱਲਾਂ ਬਾਤਾਂ ਵੀਡੀਓ ਦੇ ਵਿੱਚ ਕਰਾਂਗੇ ਕਿੰਨਾ ਟਿਕਟ ਪ੍ਰਾਈਜ਼ ਹੈ ਕੀ ਟਾਈਮਿੰਗ ਹੈ ਕੋਈ ਫੂਡ ਵਗੈਰਾ ਵਿੱਚ ਦਿੰਦੇ ਆ ਕੀ ਇਹਨਾਂ ਦੀ ਹੋਰ ਫੀਚਰ ਫੈਸਿਲਿਟੀਜ਼ ਹੈਗੀਆਂ ਨੇ ਪਰ ਇੰਨਾ ਪਤਾ ਲੱਗਿਆ ਕਿ ਇਹ ਨੌਰਥ ਇੰਡੀਆ ਦੀ ਸਭ ਤੋਂ ਵੱਡੀ ਵਾਟਰ ਪਾਰਕ ਹੈ 20 ਏਕੜ ਦਾ ਏਰੀਆ 7 ਏਕੜ ਦਾ ਇਹਨਾਂ ਦਾ ਫਨ ਰਾਈਡਸ ਵਗੈਰਾ ਹੈਗਾ ਅਤੇ 13 ਏਕੜ ਦੇ ਵਿੱਚ ਵਾਟਰ ਪਾਰਕ ਬਣੀ ਹੋਈ ਹੈ ਅਤੇ ਇੱਕ ਚੀਜ਼ ਹੋਰ ਦੱਸਦਾ ਇਹਦਾ ਸਾਰਾ ਜਿਹੜਾ ਲੇਆਊਟ ਹੈਗਾ ਵਾ ਇਹ ਕੈਨੇਡਾ ਵੱਲੋਂ ਅਪਰੂਵ ਕਰਾਇਆ ਹੋਇਆ ਵਾ ਅਤੇ ਬਹੁਤ ਹੀ ਪਿਆਰਾ ਇਨੀਸ਼ੀਏਟਿਵ ਹੈਗਾ ਵਾ ਕਿ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਸਾਡੇ ਪੰਜਾਬ ਦੇ ਵਿੱਚ ਹੀ ਸਭ ਕੁਝ ਹੈਗਾ ਨਿੱਕੀ ਤੋਂ ਨਿੱਕੀ ਗੱਲ ਆਪਾਂ ਇਹਦੇ ਵਿੱਚ ਕਵਰ ਕਰਾਂਗੇ ਅਤੇ ਬਾਕੀ ਬਠਿੰਡੇ ਤੋਂ ਜਦੋਂ ਤੁਸੀਂ ਆਉਣਾ ਹੈਗਾ ਨਾ ਅਤੇ ਲਹਿਰਾ ਬੇਗਾ ਪਿੰਡ ਹੈਗਾ ਉਹਦੇ ਵਿੱਚ ਇਹ ਜਗ੍ਹਾ ਇਸਟੈਬਲਿਸ਼ ਹੋਈ ਹੈਗੀ ਹੈ ਅਤੇ ਸਾਡੇ ਨਾਲ ਸਾਡੇ ਇਹ ਭਰਾ ਆਏ ਆ ਤਿੰਨ ਅਤੇ ਤਿੰਨਾਂ ਨੂੰ ਮਿਲਾਉਂਦੇ ਹਾਂ ਤੁਹਾਨੂੰ ਕਿੱਦਾਂ ਕੀ ਹਾਲ ਚਾਲ ਆ ਸਾਰਿਆਂ ਦਾ ਪਹਿਲੀ ਵਾਰੀ ਚੱਲੇ ਵਾਟਰ ਪਾਰਕ ਜਾਂ ਪਹਿਲੇ ਗਏ ਹੋ ਕਿਤੇ ਸਾਰੇ ਪਹਿਲੀ ਵਾਰੀ ਚੱਲੇ ਹੋ ਅਤੇ ਮੈਂ ਦੱਸ ਦੇਣਾ ਚਾਹੁੰਦਾ ਹੈਗਾ ਗਾਈਜ਼ ਤੁਹਾਨੂੰ ਕਿ ਮੈਂ ਵੀ ਪਹਿਲੇ ਕਦੀ ਵਾਟਰ ਪਾਰਕ ਗਿਆ ਨਹੀਂ ਹੈਗਾ ਇੱਕ ਵਾਰੀ ਸਨ ਸਿਟੀ ਗਏ ਸੀ ਅੰਮ੍ਰਿਤਸਰ ਪਰ ਮੈਂ ਵਾਟਰ ਪਾਰਕ 'ਚ ਨਹੀਂ ਐਂਟਰੀ ਕੀਤੀ ਫਨ ਰਾਈਡਸ ਕੀਤੀ ਸੀ ਅਤੇ 2 ਸਾਲ ਹੋ ਗਏ ਕਹਿੰਦੇ ਕਿ ਵੰਡਰਲੈਂਡ ਚਲਾਂਗੇ ਵੰਡਰਲੈਂਡ ਚਲਾਂਗੇ ਜਦੋਂ ਵਲੌਗ ਬਣਾਉਣੇ ਸਟਾਰਟ ਕੀਤੇ ਆਪਾਂ ਕਹਿੰਦੇ ਹੁੰਦੇ ਪਰ ਦੇਖੋ ਸਾਡੇ ਨਾਲ ਬਹੁਤ ਵਧੀਆ ਹੋਇਆ ਕਿ ਆਪਾਂ ਪੰਜਾਬ ਦਾ ਜਿਹੜਾ ਨੌਰਥ ਇੰਡੀਆ ਦਾ ਸਭ ਤੋਂ ਲਾਰਜੈਸਟ ਵਾਟਰ ਪਾਰਕ ਹੈ ਉੱਥੇ ਚੱਲੇ ਹੈਗੇ ਆ ਇੱਕੋ ਵਾਰੀ ਮਾਲਕ ਨੇ ਜੰਪ ਭਰਾ ਤਾ ਇੰਨੀ ਵਧੀਆ ਜਗ੍ਹਾ 'ਚ ਤੂੰ ਸੁਣ ਲੱਗਦਾ ਮੈਨੂੰ ਥੋੜਾ ਜਿਹੜਾ ਜਾ ਕੇ ਦੇਖੋ ਨਜ਼ਾਰੇ ਪੂਰੇ ਆਣ ਕੇ ਦੂਜਾ ਬਾਤ ਗਿਆ
ਬਸ ਠੀਕ ਹੈ ਅਤੇ ਚਲੋ ਫਿਰ ਆਪਾਂ ਫਟਾਫਟ ਚੱਲੀਏ ਹੁਣ ਅਤੇ ਐਕਸਪਲੋਰ ਕਰਾਉਂਦੇ ਇਹਨਾਂ ਨੂੰ ਸਾਰਾ। ਠੀਕ ਹੈ ਪਿੰਟੂ, ਚਲੋ ਚਲੋ ਫਿਰ, ਚਲੋ ਗਾਈਜ਼ ਹੁਣ ਮਿਲਦੇ ਹਾਂ ਤੁਹਾਨੂੰ ਐਂਟਰੀ ਕਰਕੇ ਅਤੇ ਐਂਟਰੀ ਗੇਟ ਤੁਹਾਨੂੰ ਦਿਖਾਉਂਦੇ ਹੈਗੇ ਹਾਂ। ਨਿੱਕੀ ਤੋਂ ਨਿੱਕੀ ਕੋਸ਼ਿਸ਼ ਕਰਾਂਗਾ ਕਿ ਮੈਂ ਵੀਡੀਓ ਦੀ ਡਿਟੇਲ ਦੇ ਵਿੱਚ ਰੱਖਾਂ, ਬਿਨਾਂ ਸਕਿੱਪ ਕੀਤੇ ਵੀਡੀਓ ਦੇਖਣੀ ਹੈਗੀ ਹੈ ਅਤੇ ਪੂਰੀ ਦੇਖਣੀ ਹੈਗੀ ਹੈ। ਠੀਕ ਹੈ, ਅਤੇ ਜੇ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ, ਮੈਂ ਤੁਹਾਨੂੰ ਦਿਖਾਉਂਦਾ ਪੂਰੀ ਲੋਕੇਸ਼ਨ ਜਾ ਕੇ। ਹਾਂਜੀ, ਅਤੇ ਗਾਈਜ਼ ਯੂ ਟਰਨ ਲੈ ਕੇ ਆਪਾਂ ਆ ਚੁੱਕੇ ਹੈਗੇ ਹਾਂ ਅਤੇ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਸਾਰਾ ਇਹਨਾਂ ਦਾ ਮਿਲ ਜਾਣਾ ਹੈਗਾ ਵਾ ਕੀ ਇਹਨਾਂ ਦੇ ਫੀਚਰ ਹੈਗੇ ਨੇ, ਇਹ ਸਾਰੇ ਡਿਸਪਲੇ ਕੀਤੇ ਹੋਏ ਨੇ ਇੱਥੇ ਅਤੇ ਬਾਕੀ ਐਰੋ ਵਗੈਰਾ ਸਾਈਨ ਬੋਰਡ ਇਹਨਾਂ ਨੇ ਸਾਰੇ ਲਗਾਏ ਹੈਗੇ ਨੇ। ਬਾਕੀ ਇਹ ਹੈ ਜੀ ਗਾਈਜ਼ ਐਂਟਰੀ ਗੇਟ ਇਹਨਾਂ ਦਾ, ਤੁਸੀਂ ਦੇਖ ਲਓ ਤੁਹਾਨੂੰ ਇੱਥੋਂ ਹੀ ਮਿਲ ਜਾਣਾ ਹੈਗਾ ਆਈਡੀਆ। ਅਤੇ ਬਾਕੀ ਹਜੇ ਕੰਮ ਲੱਗਾ ਹੋਇਆ ਵਾ, ਫਿਰ ਵੀ ਬਹੁਤ ਪਿਆਰਾ ਲੱਗਿਆ ਕਰਦਾ ਹੈਗਾ, ਜਦੋਂ ਇੱਕਦਮ ਓਕੇ ਹੋਏ ਨਾ ਇਹ ਫਿਰ ਹੋਰ ਸੋਹਣਾ ਲੱਗੂ। ਅਤੇ ਅੰਦਰ ਚੱਲਦੇ ਹਾਂ ਅਤੇ ਫਿਰ ਐਕਸਪਲੋਰ ਕਰਾਉਂਦੇ ਹਾਂ ਤੁਹਾਨੂੰ। ਗਾਈਜ਼ ਇਹਨਾਂ ਦੀ ਪਾਰਕਿੰਗ ਹੈਗੀ ਆ ਅਤੇ ਪੂਰੀ ਫੁੱਲ ਹੀ ਹੈਗੀ ਆ, ਬਹੁਤ ਰਸ਼ ਹੈਗਾ ਵਾ ਅਤੇ ਛੁੱਟੀਆਂ ਗਰਮੀਆਂ ਦੀਆਂ ਪੈ ਚੁੱਕੀਆਂ ਹੈਗੀਆਂ ਵੱਖ ਵੱਖ ਥਾਵਾਂ 'ਚ, ਇਸ ਕਰਕੇ ਸਾਰੇ ਇੱਥੇ ਆ ਗਏ। ਅਤੇ ਬਾਕੀ ਇਹ ਜੇ ਪ੍ਰੋਜੈਕਟ ਲੱਗਾ ਅਤੇ ਆਪਣੇ ਜਿਹੜੇ ਲੋਕ ਹੈਗੇ ਨੇ ਇੱਥੋਂ ਦੇ ਰਹਿਣ ਵਾਲੇ ਲਾਗੇ ਛਾਗੇ, ਉਹਨਾਂ ਨੂੰ ਕੰਮ ਵੀ ਕਿੰਨਾ ਮਿਲਦਾ ਹੋਊਗਾ, ਇਹ ਵੀ ਇੱਕ ਫੈਕਟਰ ਹੈਗਾ ਬਹੁਤ ਵਧੀਆ। ਸੋ ਆਪਾਂ ਚੱਲਦੇ ਹਾਂ ਅੰਦਰ ਐਕਸਪਲੋਰ ਕਰਦੇ ਹਾਂ, ਬਸ ਗੱਡੀ ਦੇਖਦੇ ਕਿੱਥੇ ਪਾਰਕ ਕਰਨਾ। ਪਾਰਕਿੰਗ ਇਹਨਾਂ ਦੀ ਆਪਣੀ ਹੈ, ਦੇਖ ਲੈਂਦੇ ਹਾਂ ਫ੍ਰੀ ਹੈ ਪੇਡ, ਉਹ ਵੀ ਤੁਹਾਨੂੰ ਦੱਸਾਂਗੇ। ਪਹਿਲਾਂ ਪੂਰੀਆਂ ਹੁਣ ਦੱਸਣੀਆਂ ਕਰਨੀਆਂ ਤੁਹਾਨੂੰ ਡਿਟੇਲ ਦੇ ਵਿੱਚ, ਬਸ ਤੁਸੀਂ ਸਕਿੱਪ ਨਹੀਂ ਕਰਨੀ ਵੀਡੀਓ, ਜੇ ਸਕਿੱਪ ਕਰੋਗੇ ਫਿਰ ਪ੍ਰੋਬਲਮ ਹੋ ਜੂਗੀ। ਗੱਡੀ ਕਰ ਦਿੱਤੀ ਆ ਅਸੀਂ ਪਾਰਕ, ਅਤੇ ਬਾਕੀ ਆਪਾਂ ਇੱਥੇ ਇਹਨਾਂ ਨੂੰ ਪੁੱਛਿਆ ਕਿ ਪਾਰਕਿੰਗ ਫੀਸ ਹੈਗੀ ਆ, ਕੋਈ ਕਹਿੰਦੇ ਹਜੇ ਤਾਂ ਫ੍ਰੀ ਹੈਗੀ ਆ, ਤੋ ਇਸ ਟਾਈਮ 'ਤੇ ਆਪਾਂ ਕੋਈ ਪੇਮੈਂਟ ਨਹੀਂ ਦਿੱਤੀ ਪਾਰਕਿੰਗ ਦੀ। ਬਟ ਹੁਣ ਇਨ ਫਿਊਚਰ ਦੇ ਵਿੱਚ ਕੋਈ ਪਾਰਕਿੰਗ ਦਾ ਹੋਵੇ ਉਹ ਕਹਿੰਦੇ ਤਾਂ ਆਪਾਂ ਕਹਿ ਨਹੀਂ ਸਕਦੇ, ਬਾਕੀ ਕੰਮ ਲੱਗਾ ਨਾਲ ਦੀ ਨਾਲ ਹੀ ਇੱਥੇ। ਅਤੇ ਜਦੋਂ ਇਹ ਲੋਕੇਸ਼ਨ ਬਣੀ ਸੀ ਨਾ ਮੈਨੂੰ ਇਹ ਲੋਕੇਸ਼ਨ ਦਾ ਪਤਾ ਹੈਗਾ ਸੀ, ਅਤੇ ਮੈਂ ਉਦੋਂ ਹੀ ਕਵਰ ਕਰਨਾ ਚਾਹੁੰਦਾ ਸੀ ਬਟ ਕਿਸੇ ਕਾਰਨਾਂ ਕਰਕੇ ਮੈਂ ਉਦੋਂ ਆ ਨਹੀਂ ਸਕਿਆ, ਥੋੜ੍ਹੇ ਜਿਹੇ ਲੇਟ ਹੈਗੇ ਆ। ਬਟ ਸਾਡੇ ਉੱਧਰ ਦੇ ਏਰੀਏ ਦਾ ਹਜੇ ਕਿਸੇ ਨੇ ਵੀ ਵਲੌਗ ਨਹੀਂ ਕੀਤਾ, ਸੋ ਆਪਾਂ ਕਰ ਰਹੇ ਹੈਗੇ ਹਾਂ, ਤੁਸੀਂ ਵੀਡੀਓ ਨੂੰ ਪਿਆਰ ਦੇਣਾ। ਤੁਹਾਨੂੰ ਇੰਨੀ ਪਿਆਰੀ ਲੋਕੇਸ਼ਨ ਦਿਖਾ ਲਏ, ਆਪਾਂ ਸਵੇਰੇ 4 ਵਜੇ ਦੇ ਚੱਲੇ ਦੇ ਹੈਗੇ ਹਾਂ ਅਤੇ ਦੁਪਹਿਰ ਦੇ 12:30 ਵੱਜ ਗਏ ਹੈਗੇ ਆ ਅਤੇ ਆਪਾਂ ਹੁਣ ਪਹੁੰਚੇ ਹੈਗੇ ਹਾਂ। ਅਤੇ ਚਲੋ ਚੱਲਦੇ ਹਾਂ ਜਲਦੀ, ਤੁਹਾਨੂੰ ਐਕਸਪਲੋਰ ਕਰਾਉਂਦੇ ਹੈਗੇ ਹਾਂ। ਠੀਕ ਹੈ, ਐਂਟਰੀ ਦੇ ਦੇਖੋ ਕਿੰਨਾ ਪਿਆਰਾ ਵਿਊ ਹੈਗਾ, ਆਹ ਦੇਖੋ ਕਿੰਨਾ ਸੋਹਣਾ ਬਣਾਇਆ ਦਾ, ਦੇਖਦੇ ਐਂਟਰੀ ਕਿੱਧਰੋਂ ਹੈਗੀ ਆ। ਅੱਛਾ, ਉਹ ਲਿਖਿਆ ਪਨ ਫਨ, ਉੱਧਰੋਂ ਐਂਟਰੀ ਆ, ਇਹ ਪਨ ਜੋਏ ਯਾਰ, ਇੱਧਰ ਵਾਟਰ ਪਾਰਕ ਆ, ਇਹ ਕਰਦੇ ਹਾਂ ਇੱਧਰ ਐਂਟਰੀ, ਇਹ ਪਨ ਫਨ ਇਹ 'ਚ ਇੱਧਰ ਨਹੀਂ ਆਪਾਂ ਜਾਣਾ, ਆਪਾਂ ਐਂ ਨੂੰ ਚੱਲਾਂਗੇ ਵਾਟਰ ਪਾਰਕ 'ਚ, ਹੈ ਨਾ, ਆਪਾਂ ਉੱਧਰ ਕੀ ਕਰਨ ਜਾਣਾ, ਪਨ ਫਨ 'ਚ ਵਾਟਰ ਪਾਰਕ ਚੱਲਦੇ ਹਾਂ, ਹੈ ਨਾ, ਵਾਟਰ ਪਾਰਕ ਗੁੱਡ, ਵਾਟਰ ਪਾਰਕ। ਕੂਲਰ ਬੜਾ ਵੱਡਾ ਲੱਗਾ ਓਏ, ਕਰਕੇ ਸਿਕਿਉਰਿਟੀ ਚੈਕਿੰਗ ਤੋਂ ਬਾਅਦ ਇਹ ਕੁਛ ਇੱਦਾਂ ਇੱਥੇ ਟਿਕਟ ਕਾਊਂਟਰ ਬਣਾਇਆ ਦਾ ਹੈਗਾ ਵਾ। ਅਤੇ ਚੱਲਦੇ ਹਾਂ ਹੁਣ ਫਟਾਫਟ ਟਿਕਟ ਲੈਂਦੇ ਹੈਗੇ ਹਾਂ ਅਤੇ ਫਿਰ ਆਪਾਂ ਵਾਟਰ ਪਾਰਕ ਦੇ ਚੱਲੀਏ। ਗਾਈਜ਼ ਟਿਕਟ ਲੈ ਰਹੇ ਨੇ ਸਾਡੇ ਨਰੂਲਾ ਸਾਹਿਬ ਅਤੇ ਬਾਕੀ ਇਹ ਸਾਰੇ ਕੁਛ ਡਿਟੇਲਸ ਹੈਗੇ ਨੇ ਜਿਹੜੇ ਲਿਖੇ ਦੇ ਨੇ ਇਹਨਾਂ ਨੇ, ਇਹ ਤੁਸੀਂ ਮੈਂ ਪਾ ਦਿੰਦਾ ਹੈਗਾ, ਤੁਸੀਂ ਪੜ੍ਹ ਲਿਓ ਸਾਰੇ। ਗਾਈਜ਼ ਇਹਨਾਂ ਦਾ ਟਿਕਟ ਕਾਊਂਟਰ ਹੈਗਾ ਵਾ ਅਤੇ ਬਾਕੀ ਕੁਛ ਰਿਸਟ੍ਰਿਕਸ਼ਨਾਂ ਵਗੈਰਾ ਲਿਖੇ ਦੀਆਂ, ਪਹਿਲੇ ਇੱਧਰ ਰਿਸਟ੍ਰਿਕਸ਼ਨਸ ਆ ਗਈਆਂ।
ਅਤੇ ਰੇਟ ਲਿਸਟ ਆ ਗਈ, ਇਹ ਸਾਰੀ ਪੜ੍ਹ ਲਿਓ ਤੁਸੀਂ, ਬਾਕੀ ਇਹ ਹਦਾਇਤਾਂ ਲਿਖੀਆਂ ਹੈਗੀਆਂ ਇੰਗਲਿਸ਼ 'ਚ ਪੰਜਾਬੀ 'ਚ, ਇਹ ਸਾਰੀਆਂ ਪੜ੍ਹ ਲਿਓ ਤੁਸੀਂ ਪੌਜ਼ ਕਰਕੇ ਅਤੇ ਗਈ। ਸਭ ਤੋਂ ਪਹਿਲਾਂ ਤਾਂ ਮੇਨ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਦੇਖੋ ਟਿਕਟ ਕਾਊਂਟਰ ਇਹਨਾਂ ਦਾ ਕਾਫੀ ਵੱਡਾ ਹੈਗਾ ਕਿ ਜੇਕਰ ਰਸ਼ ਪੈ ਵੀ ਜਾਵੇ ਤਾਂ ਕਿਸੇ ਨੂੰ ਇੰਨੀ ਪ੍ਰੋਬਲਮ ਨਾ ਹੋਵੇ। ਅਤੇ ਬਾਕੀ ਕੁਛ ਮੇਨ ਗੱਲਾਂ ਹੈਗੀਆਂ ਨੇ ਇਹਨਾਂ ਦੀ ਕੋਸਟਿਊਮ ਨੂੰ ਲੈ ਕੇ, ਲੋਕਰ ਨੂੰ ਲੈ ਕੇ, ਉਹ ਵੀ ਆਪਾਂ ਕਰਦੇ ਹਾਂ ਤੁਹਾਡੇ ਨਾਲ ਅੱਗੇ। ਅਤੇ ਪਹਿਲਾਂ ਭਾਅ ਜੀ ਇਹ ਬੈਂਡ ਮਿਲ ਗਿਆ, ਕਿਹੜਾ ਲੈਣਾ ਤੁਸੀਂ? ਗ੍ਰੀਨ ਦੇ ਦਿਓ, ਔਰੇਂਜ ਕੋਈ ਚੱਕਰ ਨਹੀਂ ਮੈਂ ਪਾ ਲੂੰਗਾ। ਤੂੰ ਵੀ ਔਰੇਂਜ ਲਿਆ ਬਿੰਟੂ, ਮੈਂ ਬੈਂਡ ਪਿੱਛੇ ਲੜ ਪਿਓ ਹੈਂ ਨਿਆਣਾ ਹੈ ਉਦੋਂ ਉੱਥੇ ਕਹਿੰਦਾ ਧਰਮਸ਼ਾਲਾ ਮੈਂ ਝੂਟੇ ਲੈਣੇ ਹੀ ਲੈਣੇ, ਮੈਨੂੰ ਝੂਟੇ ਦਿਓ ਦਿਓ। ਮੈਂ ਅੱਗੇ ਲੱਗਣਾ ਪਹਿਲਾਂ ਗਾਈਜ਼, ਐਂਟਰੀ ਕਰਨ ਲਈ ਨਾ ਇੱਥੇ ਜਿਹੜਾ ਇਹ ਬੈਂਡ ਪਾਇਆ ਹੁੰਦਾ ਨਾ, ਇੱਥੇ ਇੱਦਾਂ ਲਾਉਣਾ ਹੁੰਦਾ ਵਾ, ਸਕੈਨ ਕਰਨਾ ਹੁੰਦਾ, ਅਤੇ ਫਿਰ ਇਹ ਜਿਹੜਾ ਖੁੱਲ੍ਹ ਜਾਂਦਾ ਬੈਰੀਅਰ ਜਿਹਾ, ਇਹਨਾਂ ਨੇ ਬੈਰੀਗੇਡ ਜਿਹਾ ਇਹਨਾਂ ਨੇ ਕੀਤਾ ਦਾ ਹੈਗਾ ਵਾ। ਅਤੇ ਅੰਦਰ ਐਂਟਰੀ ਕਰ ਚੁੱਕੇ ਹੈਗੇ ਹਾਂ ਅਤੇ ਅੰਦਰ ਦਾ ਲੇਆਊਟ ਚੈੱਕ ਕਰੋ ਕੁਛ ਕਿਸ ਤਰੀਕੇ ਦਾ। ਆਹ ਦੇਖੋ ਅੰਦਰ ਐਂਟਰੀ ਕਰਕੇ ਕਿਆ ਖੂਬਸੂਰਤ ਨਜ਼ਾਰਾ, ਕਿ ਜਿੱਦਾਂ ਆਪਾਂ ਫੋਰਨ 'ਚ ਆ ਗਏ ਹੈਗੇ ਹਾਂ। ਅੰਦਰ ਜਾਂਦੇ ਸੌਂਗ ਉੱਚੀ ਉੱਚੀ ਵੱਜਦੇ ਹੋਣਗੇ, ਕੋਪੀਰਾਈਟ ਦਾ ਤੁਹਾਨੂੰ ਪਤਾ ਇਸ਼ੂ ਬੜਾ ਹੁੰਦਾ ਹੈਗਾ, ਅਤੇ ਆਪਾਂ ਮਿਊਜ਼ਿਕ ਚਲਾ ਦੇਵਾਂਗੇ ਕੋਈ ਨਾ ਕੋਈ, ਅਤੇ ਥੋੜ੍ਹਾ ਜਿਹਾ ਕੋਪਰੇਟ ਤੁਹਾਨੂੰ ਕਰਨਾ ਪੈਣਾ ਹੈਗਾ ਵਾ। ਬਾਕੀ ਜਿਹੜੀ ਇੰਪੋਰਟੈਂਟ ਗੱਲਾਂ ਨਾ ਉਹ ਤੁਹਾਡੇ ਨਾਲ ਆਪਾਂ ਕਰ ਲੈਣੇ ਹੈਗੇ ਹਾਂ। ਪਹਿਲਾਂ ਆਪਾਂ ਆਪਣੇ ਕੋਸਟਿਊਮ ਲੈ ਲਈਏ, ਅਤੇ ਕੋਸਟਿਊਮ ਲਈ ਕੀ ਬੋਲਿਆ ਉਹਨਾਂ ਨੇ ਕਰਨਾ? ਉਹਨਾਂ ਨੇ ਕਿਹਾ ਕੋਸਟਿਊਮ ਰੂਮ 'ਚੋਂ ਕੋਸਟਿਊਮ ਲੈ ਲਓ ਅਤੇ ਲੋਕਰ ਸਾਈਨ ਕਰ ਦਿਓ। ਬਸ ਠੀਕ ਹੈ, ਆਪਾਂ ਇੱਕ ਲੋਕਰ ਲਿਆ ਹੈਗਾ ਵਾ ਅਤੇ ਬਾਕੀ ਚਾਰ ਕੋਸਟਿਊਮ ਲਏ ਹੈਗੇ ਨੇ। ਚਲੋ ਕਰੋ ਫਿਰ। ਅੱਛਾ, ਬੱਫੇ ਦੀ ਟਾਈਮਿੰਗ ਵੀ ਹੈਗੀ ਹੈ, ਮੇਨ ਚੀਜ਼ ਇਹ ਵੀ ਦੱਸਦੀ ਹੈ ਕਿ ਬੱਫੇ ਦੀ ਜਿਹੜੀ ਇਹਨਾਂ ਨੇ ਟਿਕਟ ਦੇ ਵਿੱਚ ਹੀ ਫੂਡ ਇਨਕਲੂਡ ਹੈਗਾ, ਅਤੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਹੀ ਤੁਹਾਨੂੰ ਫੂਡ ਮਿਲਣਾ। ਲੋਕਰ ਕਿੱਥੋਂ ਲੈਣਾ? ਅੱਛਾ, ਆਪੇ ਖੁੱਲੇਗੀ? ਕਿੱਥੇ ਜੀ? ਕਿੱਧਰ ਜੀ ਬਣਿਆ? ਬੈਕ ਸਾਈਡ ਤੇ ਆ। ਤੇ ਬਾਕੀ ਇਹ ਜਿਹੜੀ ਤੁਸੀਂ ਕੋਸਚਿਊਮ ਦਿੱਤੀਆਂ ਹੈਗੀਆਂ ਵਾ, ਤੇ ਸਾਈਜ਼ ਸਾਡੇ ਅਲੱਗ ਅਲੱਗ ਆ ਸਾਰੇ ਜਿਹੜੀ ਤੁਸੀਂ ਦਿੱਤੀਆਂ ਕੋਸਚਿਊਮ? ਹਾਂਜੀ, ਅਲੱਗ ਅਲੱਗ ਆ। ਕਿੱਦਾਂ ਪਤਾ ਲੱਗੇਗਾ ਮੇਰਾ ਕਿੰਨਾ? ਸਾਈਜ਼ ਲਿਖਿਆ ਵਾ ਜੀ। ਮੇਰਾ ਕਿੰਨਾ? 42। ਕਿਆ ਬਾਤ, ਇਹਦੇ ਵਾਸਤੇ ਹੈ 16 ਨੰਬਰ ਚਾਹੀਦਾ ਇਹਨੂੰ, ਬੱਚਾ ਹਟਾ। ਅੱਛਾ, ਇਹ ਮੇਰਾ ਇਹਨਾਂ ਦਾ ਬੱਚੇ ਦਾ ਸਾਈਜ਼, ਮੇਰੇ ਬੱਚੇ ਦਾ ਸਾਈਜ਼ ਆ। ਕੋਈ ਬਾਤ ਨੀ, 42 ਲੈ ਆਓ ਯਾਰ। 42 ਮੇਰੇ ਲਈ? ਚਲੋ ਸ਼ੁਕਰੀਆ ਭਾਅ ਜੀ, ਸ਼ੁਕਰੀਆ, ਬਹੁਤ ਪਿਆਰ ਨਾਲ ਸਾਡੇ ਨਾਲ ਤੁਸੀਂ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਥੈਂਕਸ ਹੈਗਾ। ਅਤੇ ਬਾਅਦ 'ਚੋਂ ਫਿਰ ਤੁਹਾਨੂੰ ਮਿਲ ਕੇ ਆਵਾਂਗੇ, ਠੀਕ ਹੈ? ਮਿਲ ਕੇ ਜਾਵਾਂਗੇ ਤੁਹਾਨੂੰ। ਹੋਰ ਕੋਈ ਨਵੀਂ ਤਾਜ਼ੀ ਗੱਲ ਹੈਗੀ ਹੈ ਤਾਂ ਦੱਸੋ ਸਾਨੂੰ। ਨਵੀਂ ਤਾਜ਼ੀ ਕਿਹੜੀ ਹੈ ਜੀ? ਬਸ ਤੁਸੀਂ ਘੁੰਮਣਾ ਨਾ ਹੋ ਜੀ, ਬਸ ਠੀਕ ਹੈ। 1 ਵਜੇ ਤੋਂ ਲੈ ਕੇ 4 ਵਜੇ ਤੱਕ ਬੱਫੇ ਆ? ਹਾਂਜੀ ਹਾਂਜੀ ਹਾਂਜੀ, ਠੀਕ ਹੈ ਭਾਅ ਜੀ। ਅਤੇ ਚੇਂਜਿੰਗ ਰੂਮ 'ਚ ਚੇਂਜ ਕਰ ਰਹੇ ਹਾਂ। ਓਕੇ ਸਰ, ਸ਼ੁਕਰੀਆ ਸ਼ੁਕਰੀਆ ਭਾਅ ਜੀ। ਗਰਮੀ ਗਾਈਜ਼ ਬਹੁਤ ਜ਼ਿਆਦਾ ਹੈਗੀ ਹੈ, ਫਿਰ ਵੀ ਆਪਾਂ ਤੁਹਾਡੇ ਲਈ ਹੈ ਨਾ ਪੂਰੀ ਮਿਹਨਤ ਕਰ ਰਹੇ ਹੈਗੇ ਹਾਂ, ਅਤੇ ਤੁਹਾਡਾ ਵੀ ਫਰਜ਼ ਬਣਦਾ ਕਿ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਹੈਗਾ, ਅਤੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ 'ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਇੱਧਰ ਮੇਲ ਚੇਂਜਿੰਗ ਰੂਮ ਹੈਗਾ ਵਾ, ਬਾਹਰਲੀ ਸਾਈਡ ਫੀਮੇਲ ਵਾਲਾ ਹੈਗਾ ਵਾ। ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਕਿ ਜਿਹੜੀ ਇਹ ਕੋਸਟਿਊਮ ਹੈਗੀ ਹੈ ਨਾ, ਪਰ ਹੈੱਡ 400 ਰੁਪੀਸ ਤੁਹਾਨੂੰ ਦੇਣੇ ਪੈਂਦੇ ਹੈਗੇ ਆ, 300 ਰੁਪੀਸ ਰਿਫੰਡੇਬਲ ਹੈਗੇ ਨੇ, ਠੀਕ ਹੈ ਜੀ। ਅਤੇ ਜਿਹੜਾ ਲੋਕਰ ਹੈਗਾ ਵਾ ਉਹ 100 ਰੁਪੀਸ ਚਾਰਜ ਕਰਦੇ ਹੈਗੇ ਆ। ਸਹੀ ਹੈ ਯਾਰ, ਪਰਚੇਜ ਯੂਅਰ ਲੋਕਰ ਫਰੋਮ ਕੋਸਟਿਊਮ ਸ਼ੋਪ। ਕੋਸਟਿਊਮ ਸ਼ੋਪ ਤੋਂ ਲੈਣਾ ਪਏਗਾ ਲੋਕਰ? ਇਹ ਲੋਕਰ ਲੈਤੇ ਨਹੀਂ ਕਿੱਦਾਂ ਆਈ ਕਿ ਨਾ ਕਿਤੋਂ ਹੋਰ ਬੈਂਡ ਤੇ ਹੋਊਗਾ ਉਹਦੇ? ਕਿਹੜੇ ਬੈਂਡ ਤੇ? ਅੱਛਾ,
ਹੋਰ ਵੀ ਇਹ ਮੇਰਾ ਹੈਗਾ ਬੈਂਡ ਕਿਹੜਾ ਦਿੱਤਾ ਸੀ ਉੱਥੇ ਸ਼ੇਰ ਦਾ ਲਾ ਕੇ ਦੇਖੀਏ ਹਾਂ ਮੇਰਾ ਚੱਲਿਆ ਜੀ ਭਾਜੀ ਬਹੁਤ ਪਿਆਰਾ ਸਿਸਟਮ ਹੈ ਯਾਰ ਇਹ ਤੇ ਚੋਰੀ ਦਾ ਡਰ ਹੀ ਕੋਈ ਨਹੀਂ ਹਨਾ ਇਹ ਬੜੀ ਵਧੀਆ ਟੈਕਨੋਲੋਜੀ ਹੈਗੀ ਹੈ ਯਾਰ 354 ਇਹ ਜੀ 354 ਆਹ ਖੁੱਲਿਆ ਜੀ ਆਹ ਖੁੱਲ ਗਿਆ ਭਾਈ ਇਹ 'ਚ ਪਹਿਲੇ ਸ਼ੇਰ ਦਾ ਇਹ ਰੱਖੋ ਇਹ ਰੱਖ ਮੇਰੀ ਥੈਲੀ ਸ਼ੇਰ ਦੀ ਆਹ ਪਿੱਛੇ ਜੀ ਕਰਕੇ ਰੱਖੀ ਮੇਰੇ ਅਤੇ ਆਹ ਸ਼ੇਰ ਦਾ ਆਹ ਵਾਲਾ ਫੋਨ ਵੀ ਰੱਖਿਆ ਜਾਵੇ ਹੈਲੋ ਜੀ ਫੋਨ ਆਪਾਂ ਸਾਰੇ ਬੈਗ 'ਚ ਬੈਗ 'ਚ ਮੇਰਾ ਪਰਸ ਪੁਰਸ ਪਿਆ ਬਾਕੀ ਯਾਰ ਭਾਅ ਜੀ ਲੋਕਰ ਸਿਸਟਮ ਬੜੀ ਘੈਂਟ ਗੱਲਬਾਤ ਹੋ ਗਈ ਯਾਰ ਇੰਨੀ ਐਡਵਾਂਸ ਟੈਕਨੋਲੋਜੀ ਯਾਰ ਮੇਨ ਬੰਦੇ ਨੂੰ ਇੰਨੀ ਦੂਰ ਜਗ੍ਹਾ 'ਤੇ ਆ ਕੇ ਕੀ ਪ੍ਰੋਬਲਮ ਹੁੰਦੀ ਹੈ ਮੇਨ ਸਿਕਿਉਰਿਟੀ ਕਿ ਆਪਣਾ ਜਿਹੜਾ ਸਮਾਨ ਹੈਗਾ ਸੇਫ ਹੈ ਕਿ ਨਹੀਂ ਹੈਗਾ ਜੇ ਪਹਿਲਾਂ ਮੈਨੂੰ ਲੱਗਿਆ ਸੀ ਕਿ ਜਿਹੜੇ ਇਹਨਾਂ ਨੇ ਚਾਰਜਿਸ ਲਏ ਆ ਨਾ ਸਾਡੇ ਤੋਂ ਉਹ ਕਾਫੀ ਜ਼ਿਆਦਾ ਲਏ ਹੈਗੇ ਲੋਕਰ ਦੇ ਪਰ ਯਾਰ ਜਿੱਦਾਂ ਦੀ ਸਿਕਿਉਰਿਟੀ ਇਹਨਾਂ ਦੇਖੋ ਇਹ ਮੇਰੇ ਮੈਨੂੰ ਲੋਕਰ ਔਥਰਾਈਜ਼ ਹੋਇਆ ਇਹ ਬੈਂਡ ਹੈਗਾ ਵਾ ਆਪਾਂ ਐਂਟਰ ਕਰਨਾ ਤਾਂ ਵੀ ਸਕੈਨ ਕਰਨਾ ਜਿੱਦਾਂ ਮੈਂ ਹੁਣ ਕੰਪਿਊਟਰ ਦੇ ਉੱਤੇ ਇਹ ਕੰਪਿਊਟਰ ਸਕਰੀਨਾਂ ਲੱਗੀਆਂ ਇਹ ਨਾਲ ਸਕੈਨ ਰੀਡਰ ਲੱਗੇ ਦਾ ਹੈਗਾ ਵਾ ਅਤੇ ਇੱਥੇ ਮੈਂ ਸਕੈਨ ਕੀਤਾ ਇਹ ਵਾਲਾ ਅਤੇ ਆਪਣਾ ਲੋਕਰ 3 ਇੱਥੇ ਆ ਜਾਂਦਾ ਲਿਖਿਆ 354 ਨੰਬਰ ਲੋਕਰ ਖੁੱਲ੍ਹ ਗਿਆ ਆਹ ਦੇਖੋ ਕਿੰਨੇ ਲੋਕਰ ਹੈਗੇ ਆ ਅਤੇ ਉਹ ਲੋਕਰ ਖੁੱਲ੍ਹ ਗਿਆ ਆਪਾਂ ਹੁਣ ਸਾਰਾ ਸਮਾਨ ਰੱਖ ਰਹੇ ਹਾਂ ਇਹਦੇ ਵਿੱਚ ਅਤੇ ਸਾਰਾ ਸਮਾਨ ਆਪਾਂ ਇਹਦੇ 'ਚ ਰੱਖ ਦਿੱਤਾ ਗਾਈਸ ਕੋਸਟਿਊਮ ਆਪਾਂ ਚੇਂਜ ਕਰ ਲਿਆ ਸਾਡੇ ਵੀ ਕੋਸਟਿਊਮ ਪਾ ਕੇ ਰੇਡੀ ਹੈਗੇ ਆ ਅਤੇ ਘੈਂਟ ਲੱਗੇ ਕਰਦੇ ਹੈਗੇ ਆ ਕੀ ਹੋ ਗਿਆ ਐਕਸਾਈਟਮੈਂਟ ਹੈਗੀ ਆ ਪਿੰਡ ਨੂੰ ਸੁੱਟਣਾ ਮੈਂ ਅੱਛਾ ਫਿਰ ਠੀਕ ਹੈ ਹੋਰ ਠੀਕ ਹੋ ਭਾਜੀ ਪਹਿਲੀ ਵਾਰੀ ਆਏ ਥੋੜ੍ਹਾ ਜਿਹਾ ਨਰਵਸ ਜਿਹਾ ਲੱਗ ਰਿਹਾ ਨਾ ਵੈਸੇ ਤੁਹਾਨੂੰ ਮੇਨ ਚੀਜ਼ ਦੱਸ ਦੇਵਾਂ ਹਰ ਇੱਕ ਚੀਜ਼ ਦਾ ਇੱਥੇ ਧਿਆਨ ਰੱਖਿਆ ਗਿਆ ਹੈਗਾ ਜਿੱਦਾਂ ਹੁਣ ਵਾਟਰ ਪਾਰਕ 'ਚ ਹੋ ਕੇ ਆਉਣਾ ਅਤੇ ਕਈਆਂ ਨੂੰ ਉਹਦਾ ਸ਼ਾਵਰ ਵਗੈਰਾ ਲੈਣਾ ਹੈਗਾ ਵਾ ਅਤੇ ਆਹ ਦੇਖੋ ਸ਼ਾਵਰ ਲੈਣ ਨੂੰ ਜਗ੍ਹਾ ਬਣਾਈ ਹੋਈ ਹੈ ਬਾਕੀ ਆ ਲੋਕਰ ਹੈਗੇ ਆ ਤੁਹਾਡੇ ਸਮਾਨ ਦੀ ਪੂਰੀ ਸੇਫਟੀ ਹੈ ਅਤੇ ਇੰਨਾ ਜ਼ਿਆਦਾ ਕਿ ਕਾਫੀ ਕਰਾਊਡ ਵੀ ਇੱਥੇ ਹੋ ਜਾਵੇ ਅਤੇ ਕੋਈ ਪਰਵਾਹ ਨਹੀਂ ਹੈਗੀ ਅਤੇ ਰਸ਼ ਕਾਫੀ ਪੈ ਰਿਹਾ ਹੈਗਾ ਵਾ ਅਤੇ ਇੱਧਰਲੀ ਸਾਈਡ ਵੀ ਸ਼ਾਵਰ ਲਈ ਇਹਨਾਂ ਨੇ ਦੇਖੋ ਕਿੰਨੀ ਜਗ੍ਹਾ ਬਣਾਈ ਹੋਈ ਹੈ ਅਤੇ ਬਾਕੀ ਇਹ ਵਾਸ਼ ਬੇਸਿਨ ਏਰੀਆ ਆ ਗਿਆ ਬਾਕੀ ਛੋਟੀ ਜਿਹੀ ਇਹ ਗਲਤੀ ਹੋਈ ਆਪਣੇ ਤੋਂ ਕਿ ਲੋਕਰ ਦੀ ਜਜਮੈਂਟ ਥੋੜ੍ਹੀ ਜਿਹੀ ਸਾਡੇ ਤੋਂ ਹੋਈ ਨਹੀਂ ਆਪਾਂ ਇੱਕੋ ਲੋਕਰ ਲਿਆ ਅਤੇ ਲੋਕਰ ਥੋੜ੍ਹਾ ਛੋਟਾ ਹੈਗਾ ਸੀ ਭਾਈ ਯਾਰ ਕੋਈ ਬੂਟ ਇੱਥੇ ਲਾ ਕੇ ਜਾਂਦੇ ਸਾਰੇ ਹਾਂਜੀ ਭਾਈ ਅਤੇ ਫਿਰ ਯਾਰ ਇਹ ਤਾਂ ਸੜਦੇ ਸੜਦੀ ਜ਼ਮੀਨ ਇੰਨੀ ਮੈਟ ਵਿਛਾਏ ਆ ਬੜੇ ਕਾਫੀ ਗੈਪ 'ਤੇ ਆ ਬੜੇ ਭਾਅ ਨਹੀਂ ਮਾੜਾ ਮੋਟਾ ਕਿਤੇ ਰਹਿੰਦਾ ਹੋਵੇ ਹੁਣ ਪਿੱਛੇ ਹੋਇਆ ਮੈਟ ਸਾਰੇ ਅੱਛਾ ਹੋਰ ਭਾਅ ਜੀ ਕੀ ਹਾਲ ਚਾਲ ਆ ਭਾਅ ਜੀ ਆਪਣੇ ਇੱਥੇ ਲੋਕਰ ਦਾ ਸਾਰਾ ਤੁਸੀਂ ਦੇਖਦੇ ਹੈਗੇ ਹੋ ਅਤੇ ਮਤਲਬ ਕੋਈ ਰਿਸਟ੍ਰਿਕਸ਼ਨ ਹੈਗੀ ਹੈ ਕੁਛ ਮਤਲਬ ਕਿ ਇਹਦੇ ਰੂਲਸ ਵਗੈਰਾ ਹੋਣ ਤੁਸੀਂ ਮਾੜਾ ਜਿਹਾ ਦੱਸ ਦਿੰਦੇ ਵਧੀਆ ਰਹਿੰਦਾ ਹਾਂਜੀ ਰੂਲਸ ਹੈਗੇ ਹੈਗੇ ਜੋ ਏ ਟੂ ਜੈਡ ਸਮਾਨ ਆ ਸਾਰਾ ਲੋਕਰ ਦੇ ਵਿੱਚ ਹੀ ਰੱਖਣਾ ਠੀਕ ਹੈ ਲੋਕਰ 'ਚ ਆਪਣੀ ਫੁੱਲ ਸੇਫਟੀ ਹੈਗੀ ਰਾਈਟ ਸਰ ਜੋ ਵੀ ਬਾਹਰ ਆਪਾਂ ਰੱਖ ਦਿਆਂਗੇ ਹਾਂਜੀ ਕੋਈ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਹੈਗੀ ਬਿਲਕੁਲ ਉੱਧਰ ਰੱਖ ਕੇ ਜਾਂਦੀ ਹੈ ਕਈ ਕਿਉਂਕਿ ਲੋਕਰ ਐਕਸਲ 'ਚ ਨਾ ਜਦੋਂ ਬਾਹਰੋਂ ਆਉਂਦੇ ਹੈਗੇ ਆ ਇੱਕ ਚੀਜ਼ ਹੋਰ ਹੈ ਜਾਂ ਤਾਂ ਲੋਕਰ ਦੀ ਸਪੇਸ ਬਾਰੇ ਥੋੜ੍ਹਾ ਜਿਹਾ ਡਿਫਾਈਨ ਕਰਨਾ ਚਾਹੀਦਾ ਹੈਗਾ ਫਰੰਟ 'ਤੇ ਕਿ ਇੰਨਾ ਸਪੇਸ ਹੋਊਗਾ ਸਾਨੂੰ ਵੀ ਨਹੀਂ ਆਈਡੀਆ ਲੱਗਦਾ ਨਾ ਦੋ ਜਣਿਆਂ ਦਾ ਸਮਾਨ ਈਜ਼ੀ ਆ ਜਾਂਦਾ ਈਜ਼ੀ ਆ ਜਾਂਦਾ ਹੈਗਾ ਲੋਕ ਆਪ ਹੀ ਧੱਕਾ ਕਰ ਦੇਵੇ ਫਿਰ ਦਿੱਕਤ ਆਉਂਦੀ ਹੈਗੀ ਆ ਹੁਣ ਸਾਨੂੰ ਲੱਗਿਆ ਸੀ ਕਿ ਲੋਕਰ ਵੱਡਾ ਹੋਊਗਾ ਆਪਾਂ ਚਾਰ ਜਣਾਂ ਨੇ ਇੱਕ ਲੈ ਲਿਆ ਉੱਥੇ ਥੋੜ੍ਹੀ ਜਿਹੀ ਸਾਨੂੰ ਲੱਗੀ ਪਰ ਆਪਾਂ ਸਾਰਾ ਜਿਹੜਾ ਇੰਪੋਰਟੈਂਟ ਸਮਾਨ ਹੀ ਸਾਰਾ ਅੰਦਰ ਹੀ ਰੱਖਿਆ ਆਪਾਂ ਸਾਰਾ ਕੱਪੜੇ ਕੁੱਪੜੇ ਦਾ ਕੋਈ ਗੱਲ ਨਹੀਂ ਹੁੰਦੀ ਲੈ ਜਾਏਗਾ ਕੋਈ ਤੁਹਾਡੇ ਪਾ ਕੇ ਚੱਲ ਜਾਂਗੇ ਅਤੇ ਜਿਹੜੀ ਇਹ ਕੋਸਚਿਊਮ ਹੁੰਦੀ ਆ ਪਾਈ ਦੀ ਆਪਾਂ ਇਹ ਮਤਲਬ ਕਿ ਜਿੱਦਾਂ ਹੁਣ ਵੇਅਰ ਕੀਤੀ ਆਪਾਂ ਇਹ ਰੀਯੂਜ਼ੇਬਲ ਆ ਜਾਂ ਫਿਰ ਕਿੱਦਾਂ ਡਿਸਕਾਰਡ ਕਰ ਦੇਣੀ ਤੁਸੀਂ ਨਹੀਂ ਨਹੀਂ ਇਹ ਮਤਲਬ ਕਿ ਡਿਸਕਾਰਡ ਕਰ ਦੇਣੀ ਤੁਸੀਂ ਜਾਂ ਧੋ ਕੇ ਰੱਖ ਲੈਣੀ ਫਿਰ ਦੁਬਾਰਾ ਸਪੈਸ਼ਲ ਬਠਿੰਡੇ ਜਾਂਦੀ ਹੈ ਅੱਛਾ ਅੱਛਾ ਧੋਣ ਲੈ ਜਾਂਦੀ ਡੇਲੀ ਜਾਂਦੇ ਹੈਗੇ ਚਲੋ ਮਤਲਬ ਸਾਰੀ ਹਾਈਜੀਨਿਕ ਕਲੀਨਿੰਗ ਦਾ ਸਾਰਾ ਧਿਆਨ ਰੱਖੇ ਦਾ ਤੁਸੀਂ ਚਲੋ ਸ਼ੁਕਰੀਆ ਭਾਅ ਜੀ ਟਾਈਮ ਦੇਣ ਲਈ ਆਪਣਾ ਚਲੋ ਗੱਲਬਾਤ ਕਰ ਲਈਏ ਆਪਾਂ
ਤੇ ਬਾਕੀ ਧੁੱਪ ਇੰਨੀ ਤੇਜ਼ ਹੈਗੀ ਆ, ਨੰਗੇ ਪੈਰੀ ਜਾਣਾ ਪੈਣਾ ਹੈਗਾ ਵਾ, ਅਤੇ ਸਾਰੇ ਭਰਾ ਥੋੜ੍ਹਾ ਜਿਹਾ ਨਾ ਮੈਟ ਦੇ ਉੱਤੇ ਰਿਹੋ ਅਤੇ ਵਧੀਆ ਲੱਗੂਗਾ, ਹੈ ਨਾ, ਫੇਰ ਹੀ ਗੱਲ ਬਣਨੀ ਆ, ਨਹੀਂ ਤਾਂ ਔਖਾ ਹੋਣਾ ਯਾਰ। ਮੈਟ ਇੰਨੇ ਤੱਪੇ ਕਰਦੇ ਹੈਗੇ ਆ, ਇਹਨਾਂ ਇਹਨਾਂ ਨੇ ਕੀ ਸੋਚ ਕੇ ਕਿਹਾ ਕਿ ਮੈਟ ਉਹ ਸਹੀ ਹੈ ਯਾਰ, ਔਖਾ ਕੰਮ ਹੈ, ਅਤੇ ਮੈਟ ਵੀ ਬੜੇ ਗਰਮ ਹੈਗੇ ਆ। ਬਾਕੀ ਇੱਥੇ ਚਾਟ ਜੰਕਸ਼ਨ ਚਾਟ ਚੂੜ ਵੀ ਮਿਲਦੀ ਹੈ, ਜਿੱਦਾਂ ਹੁਣ ਕਈ ਆਉਂਦੇ ਆ ਥੱਕ ਥੁੱਕ ਜਾਂਦੇ ਆ, ਖਾਣ ਪੀਣ ਦਾ ਪੂਰਾ ਧਿਆਨ ਰੱਖਿਆ ਜਾਂਦਾ। ਓਏ ਹੋਏ ਹੋਏ, ਸ਼ਿਪ ਚੈੱਕ ਕਰੋ ਯਾਰ ਬਾਈ, ਗਾਈਜ਼ ਗਾਣੇ ਬਹੁਤ ਤੇਜ਼ ਵੱਜੇ ਕਰਦੇ ਹੈਗੇ, ਅਤੇ ਮੈਨੂੰ ਮਿਊਜ਼ਿਕ ਹੀ ਲਾਉਣਾ ਪੈਣਾ ਹੈਗਾ ਕਿਉਂਕਿ ਕਾਪੀਰਾਈਟ ਆ ਜਾਣਾ ਹੈਗਾ। ਬਾਕੀ ਹਰ ਇੱਕ ਚੀਜ਼ ਦੀ ਫੈਸਿਲਿਟੀ ਆ, ਐਂਡ 'ਤੇ ਗੱਲਬਾਤ ਕਰਾਂਗੇ ਆਪਾਂ, ਵੀਡੀਓ ਜ਼ਰੂਰ ਦੇਖਿਓ, ਠੀਕ ਹੈ। ਸਿੱਧੇ ਪਾਣੀ 'ਚ ਵੜੀਏ ਪਹਿਲਾਂ, ਗਾਈਸ ਕਰਿਊਜ਼ ਚੈੱਕ ਕਰੋ ਕਿੰਨਾ ਘੈਂਟ ਕਰਿਊਜ਼ ਹੈ। ਹਾਂਜੀ ਕਰੀਏ ਐਂਟਰੀ, ਚਲੋ 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 ਕਰੀਏ ਐਂਟਰੀ, ਕਿੱਧਰੋਂ ਕਰਨਾ। ਉਹ ਭਰਾ ਬੜੇ ਪੈਰੋਂ ਪੈਰ ਸੜ ਗਏ, ਓਏ ਪੈਰ ਸੜ ਗਏ, ਛਾਲੇ ਪੈ ਜਾਣੇ ਆ, ਓਏ ਇੱਧਰੋਂ ਕਰਨੀ ਐਂਟਰੀ। ਉਹ ਬੱਲੇ ਓਏ, ਉਹ ਸਾਡੇ ਨਰੂਲਾ ਸਾਹਿਬ ਜੀ ਇੰਜੋਏ ਕਰਦੇ ਹੋਏ, ਬਹੁਤ ਵਧੀਆ ਕਰਿਊਜ਼ ਹੈ ਪੱਕੇ ਯਾਰ। ਹਰ ਇੱਕ ਸਾਈਡ 'ਤੇ ਚੱਲਾਂਗੇ, ਅਤੇ ਉਹ ਨਰੂਲਾ ਸਾਹਿਬ ਜੀ ਐਨ ਨਜ਼ਾਰੇ ਲੈਂਦੇ ਹੋਏ। ਨਰੂਲਾ ਸਾਹਿਬ ਕਿੰਨੇ ਸਾਲਾਂ ਬਾਅਦ ਬਚਪਨ ਦੇ ਨਜ਼ਾਰੇ ਲੈ ਰਹੇ ਹੋ? 15 ਸਾਲਾਂ ਬਾਅਦ। ਕਿਆ ਬਾਤ ਹੈ, ਵਧੀਆ ਲੱਗ ਰਿਹਾ? ਬਹੁਤ ਵਧੀਆ। ਉਹ ਜਲ ਕੁੱਕੜੀ ਵੀ ਆਈ, ਉਹ ਜਲ ਕੁੱਕੜੀ ਬਹੁਤ ਵਧੀਆ ਬਣਾਇਆ ਦਾ। ਇੱਦਾਂ ਦੀ ਨਰੂਲਾ ਸਾਹਿਬ ਵਾਟਰ ਪਾਰਕ ਦੇਖੀ ਕਦੀ? ਨਹੀਂ ਮੇਰੀ ਸਰਕਾਰ। ਕਿੱਦਾਂ ਦਾ ਲੱਗ ਰਿਹਾ, ਮਤਲਬ ਕਿ ਆਪਾਂ ਇੰਨੀ ਦੂਰ ਆਏ ਆ, ਸਫ਼ਰ ਕੀਤਾ 6-7 ਘੰਟੇ ਦਾ, ਕਿਵੇਂ ਲੱਗਿਆ? ਬਹੁਤ ਵਧੀਆ, ਸਭ ਕੁਝ ਵਸੂਲ ਹੈ ਜੀ, ਵਸੂਲ ਵੀ, ਪੈਸਾ ਵੀ, ਇੰਜੋਇਮੈਂਟ ਵੀ, ਹਰ ਚੀਜ਼ ਯਾਰ। ਆਪਾਂ ਨਾ ਇਹ ਮੇਨ ਚੀਜ਼ ਇਹਨਾਂ ਨੂੰ ਦੱਸ ਦਈਏ ਸਾਰੇ ਜਣੇ ਵੀਡੀਓ ਦੇ ਵਿੱਚ ਸਟਾਰਟਿੰਗ 'ਚ ਹੀ, ਇੱਕ ਤਾਂ ਲੋਕਰ ਦਾ ਸਿਸਟਮ ਬਹੁਤ ਵਧੀਆ ਹੈਗਾ, ਪਰ ਹੈਡ ਲੋਕਰ ਹੈਗਾ 100 ਰੁਪੀਸ ਦਾ, ਹੈ ਨਾ, ਪਰ ਹੈਡ ਲੋਕਰ ਹੈਗਾ 100 ਰੁਪੀਸ ਦਾ, ਅਤੇ ਜਿਹੜੇ ਕੋਸਟਿਊਮ ਹੈਗੇ ਆ ਉਹ ਵੀ ਇਹਦੇ 400 ਉਹਨਾਂ ਨੇ ਲੈਣੇ ਆ, ਅਤੇ 300 ਜਿਹੜਾ ਰਿਫੰਡ ਕਰ ਦੇਣਾ ਹੈਗਾ ਵਾ, ਅਤੇ 100 ਹੀ ਲੈਣਾ ਹੈਗਾ ਵਾ, ਪਰ ਦੇਣੇ ਪਹਿਲਾਂ ਤੁਹਾਨੂੰ 400 ਪੈਣੇ ਆ, 400 ਦੇਣਾ, 300 ਰਿਫੰਡ ਹੋ ਜੂਗਾ, ਬਟ ਲੋਕਰ ਦਾ ਕੋਈ ਰਿਫੰਡ ਨਹੀਂ ਹੋਣਾ। ਟਿਕਟ ਕਿੰਨੇ ਦੀ ਆਈ ਸਾਡੀ? 1299 ਦੀ। ਕਿਆ ਬਾਤ ਹੈ, ਅਤੇ ਚਲੋ ਫਿਰ ਵਸੂਲ ਕਰੀਏ ਇਹਨਾਂ ਕੋਲ, 1299 ਕਰੀਏ। ਪਹਿਲਾਂ ਸਭ ਤੋਂ ਉੱਚਾਈ ਵਾਲੀ ਸਾਈਡ ਚੱਲਦੇ ਆ, ਕਿਉਂ ਕਿੰਨੇ ਤੋਂ ਕਿੰਨੇ ਭਾਜੀ? ਇਹਦਾ ਟਾਈਮਿੰਗ ਹੁੰਦਾ ਚੱਲਣ ਦਾ ਕਿਵੇਂ, ਮਤਲਬ? ਹਾਂਜੀ ਕਿੰਨਾ ਟਾਈਮ ਵੇਟ ਕਰਨਾ ਪਊਗਾ?
ਮਤਲਬ ਉਦਾਂ ਕਿੰਨਾ ਟਾਈਮ ਵੇਟ ਕਰਨਾ ਪੈਂਦਾ ਜਿੱਦਾਂ ਸਾਡੇ ਵਿਊਅਰ ਆਣ ਉਹ ਦੇਖਣ ਕਿੰਨਾ ਟਾਈਮ ਵੇਟ ਕਰਨਾ ਪੈਂਦਾ ਜੈਨੂਅਨ ਚੱਲਦੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਠੀਕ ਹੈ ਇਹ ਸਾਰਾ ਕੁਝ ਚੱਲਦਾ ਸਾਰੇ ਟਾਵਰ ਵਗੈਰਾ ਚੱਲਦੇ ਆ ਉਸ ਤੋਂ ਬਾਅਦ ਬੇਬਸ ਹੀ ਚਲਾਉਣਾ 1 ਵਜੇ 1 ਵਜੇ 1 ਵਜੇ ਚਲਾ ਕੇ ਉਹਦੇ ਫਿਲਟਰ ਚਾਲੂ ਕਰ ਦਿੰਦੇ ਆ ਤੇ ਹੁਣ ਆਪਾਂ ਮਾੜਾ ਮਾੜਾ ਨਹੀਂ ਇੱਧਰ ਉੱਧਰ ਜਾ ਸਕਦੇ ਨਹੀਂ ਜਾ ਨਹੀਂ ਸਕਦੇ ਕਿਉਂਕਿ ਬਿਨ ਪਾਣੀ ਤੋਂ ਅਸੀਂ ਜਾ ਨਹੀਂ ਸਕਦੇ ਠੀਕ ਹੈ ਚਲੋ ਚੱਲੇਗਾ ਉਦੋਂ ਚਲਾ ਦਿਓ ਮੇਰਾ ਭਰਾ ਬੜੀ ਦੂਰੋਂ ਆਏ ਆ ਨਹੀਂ ਚਲਾ ਰਹੇ ਆ ਉਹ ਦੇਖੋ ਬੈਠੇਗੇ ਉੱਧਰ ਚੱਲ ਪਹਿਲਾਂ ਤੂੰ ਜਾ ਫਿਰ ਚੱਲ ਬਿੰਦੂ ਓਏ ਚੱਲ ਬਿੰਦੂ ਮੈਂ ਫੋਨ ਲੈ ਜਾ ਕਿ ਨਹੀਂ ਇਹ ਬਕਟਸ ਓਏ ਬਕਟਸ ਭਰੇ ਕਰਦੀਆਂ ਕੀ ਬਾਤ ਹੈ ਕਾ ਸਲਾਈਡ ਹੈ ਇਹ ਜਾਣਾ ਭਾਣੇ ਕਾ ਸਲਾਈਡ ਹੈ ਮੈਂ ਚੈੱਕ ਕਰ ਗਿਆ ਚਲੋ ਭਾਈ ਤੁਹਾਡੀ ਵਾਰੀ ਚੱਲ ਤੇਰੀ ਵਾਰੀ ਬੜੀ ਸਪੀਡ ਹੈ ਗਾਈਜ਼ ਇੱਥੇ ਇੱਕ ਹੋਰ ਚੀਜ਼ ਸਾਨੂੰ ਮਹਿਸੂਸ ਹੋਈ ਹੈ ਆਈਫੋਨ ਤਾਂ ਹੈਗਾ ਪਰ ਉਹਦਾ ਕਵਰ ਇੱਥੋਂ ਮਿਲਦਾ ਹੈਗਾ ਉਹ ਪਾ ਲੈਂਦੇ ਹਾਂ ਜਿਹਦੇ ਨਾਲ ਪਾਣੀ ਨਹੀਂ ਜਾਊਗਾ ਅੰਦਰ ਇਹ ਜਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਹੁੰਦੀਆਂ ਤਾਂ ਪਤਾ ਵੀ ਨਹੀਂ ਹੁੰਦਾ ਕੁਛ ਅਤੇ ਹੁਣ ਕਵਰ ਲੈਣ ਆਏ ਹਾਂ ਆਪਾਂ ਅਤੇ ਬਹੁਤ ਪਿਆਰਾ ਕਵਰ ਹੈ ਵੀ ਹੈ ਨਾ ਯਾਰ ਇਹ ਆਪਾਂ ਸਾਡਾ ਹੀ ਹੈ ਨਾ ਬਟ ਠੀਕ ਹੈ ਲਾਈਫ ਟਾਈਮ ਚੀਜ਼ ਬਣ ਗਈ ਮੇਰੀ ਕਿ ਪਾਣੀ ਪੁਣੀ 'ਚ ਕਿਤੇ ਛਾਲਾਂ ਮਾਰਨੀ ਹੋਣੀ ਘਰ ਵੀ ਮੈਂ ਹੈ ਨਾ ਖੋਲੋ ਫਿਰ ਅਨਬੋਕਸਿੰਗ ਕਰੋ ਪਹਿਲਾਂ ਬੈਂਡ ਪਾਓ ਆਪਣਾ ਸ਼ੈਂਪੂ ਬੱਲੇ ਯਾਰ ਭਰਾਵਾਂ ਵਾਲੇ ਛੋਟੇ ਛੋਟੇ ਨਾਮ ਸ਼ੈਂਪੂ ਵਾਹ ਵਾਕੇ ਨਰੂਲਾ ਸਾਹਿਬ ਕਿਆ ਬਾਤ ਹੈ ਬਹੁਤ ਵਧੀਆ ਕਵਰ ਹੈ ਹੈ ਨਾ ਜੀ ਜੀ ਚਲੋ ਅਨਬੋਕਸਿੰਗ ਵੀ ਹੋ ਗਈ ਤੁਹਾਡੇ ਹੱਥੋਂ ਅੱਛਾ ਫੋਨ ਜਾਣਦੇ ਹੀ ਇਹਦੇ ਵਿੱਚ ਪਹਿਲਾਂ ਇਹ ਕਵਰ ਕੱਢੋ ਇਹ ਆਈਫੋਨ ਦਾ ਜਿਹੜਾ ਹੋ ਬੱਲੇ ਬੱਲੇ ਗਾਈਜ਼ ਇਹ ਕਵਰ ਦੇ ਵਿੱਚੋਂ ਹੁਣ ਤੁਹਾਨੂੰ ਕਲਿੱਪ ਆਪਾਂ ਦਿਖਾ ਰਹੇ ਹੈਗੇ ਹਾਂ ਨਰੂਲਾ ਸਾਹਿਬ ਉੱਧਰਲੀ ਸਾਈਡੋ ਆਹ ਦੇਖੋ ਇਹਦੇ ਇਹ ਬੜਾ ਸੋਹਣਾ ਹੈਗਾ ਵੈ ਐ ਲੱਗਿਆ ਕਰਦਾ ਉਹ ਪੈਰਿਸ ਦੇ ਵਿੱਚ ਨਹੀਂ ਚੱਲਦਾ ਹੈਗਾ ਅੰਡਰ ਵਾਟਰ ਆਹ ਦੇਖੋ ਇਹ ਆਹ ਆਹ ਜਦੋਂ ਇੱਥੋਂ ਬੇੜੀਆਂ ਲੰਘ ਕੇ ਜਾਣਗੀਆਂ ਕਿੰਨਾ ਮਜ਼ਾ ਆਏਗਾ ਹੁਣ ਆਪਾਂ ਗਾਈਜ਼ ਬੇਫਿਕਰ ਹੋ ਕੇ ਹੈ ਨਾ ਬੇਫਿਕਰ ਸਮਝ ਜਾਣਾ ਬੇਫਿਕਰ ਹੋ ਕੇ ਪਾਣੀ ਦੇ ਵਿੱਚ ਛਾਲਾਂ ਮਾਰਾਂਗੇ ਕਿਉਂ ਸਾਡੇ ਮੋਬਾਈਲ ਦੇ ਉੱਤੇ ਕਵਰ ਲੱਗ ਚੁੱਕਾ ਹੋਇਆ ਵੈ ਥੋੜ੍ਹਾ ਜਿਹਾ ਨਾ ਕਲਿੱਪਸ ਨੂੰ ਲੈ ਕੇ ਮੈਨੇਜ ਕਰ ਲਿਓ ਕਿਉਂਕਿ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਤੁਹਾਨੂੰ ਪਤਾ ਹੀ ਹੈ ਮੇਰੇ ਬਚਾਅ ਦੇ ਹਰ ਇੱਕ ਚੀਜ਼ ਦਾ ਕਰਨਾ ਹੀ ਹੈ ਅਤੇ ਉਹ ਇਹ ਵੀ ਕਿੰਨਾ ਪਿਆਰਾ ਇਹ ਵੀ ਸਾਡੇ ਨਿਆਣੇ ਹੀ ਆ ਨਰੂਲਾ ਸਾਹਿਬ ਜੀ ਸਹੀ ਆ ਨਜ਼ਾਰੇ ਨਜ਼ਾਰੇ ਆ ਵੀਰੇ ਮੇਰੇ ਪੈਰਾਂ 'ਤੇ ਨਾ ਛਾਲੇ ਪੈ ਗਏ ਆ ਹਾਂ ਦੋਨੋਂ ਸਾਈਡ ਲਾਲ ਹੋ ਗਏ ਆ ਛਾਲੇ ਪੈ ਗਏ ਆ ਚਲੋ ਨਰੂਲਾ ਸਾਹਿਬ ਚੱਲੀਏ ਹੁਣ ਅਸੀਂ ਵੀ ਡਾਈਆਂ ਡੁਈਆਂ ਮਾਰ ਆਈਏ
ਹੋਰ ਨਿੱਕੇ ਨਿੱਕੇ ਨਿਆਣੇ ਯਾਰ ਉਹ ਦੋ ਸਟਾਰੂ ਕਿੱਥੇ ਗਏ ਸਾਡੇ ਹੈ ਉਹ ਪਚਕਾਰੀ ਉਹ ਬੱਲੇ ਇਹ ਕੀ ਕਰ ਰਹੇ ਆ ਬੱਚਿਆਂ ਦਾ ਕੰਮ ਵਾਕੇ ਯਾਰ ਬੱਚਿਆਂ ਲਈ ਬਹੁਤ ਪਿਆਰੀ ਗਨ ਹੈਗੀ ਆ ਇਹ ਅਟੈਕ ਕਰ ਸਕਦੇ ਨੇ ਕਿਸੇ ਤੇ ਵੀ ਪਾਣੀ ਨਾਲ ਬਹੁਤ ਵਧੀਆ ਬਹੁਤ ਵਧੀਆ ਚਲੋ ਯਾਰ ਉੱਪਰੋਂ ਚਲੀਏ ਉੱਪਰ ਵਾਲੀ ਸਭ ਤੋਂ ਵੱਡੀ ਵਾਲੀ ਫਨ ਰਾਈਡ ਲੈ ਕੇ ਆਈਏ ਇਹ ਦੋ ਦੋ ਘੰਟੇ ਲਈ ਮਤਲਬ ਕਿ ਚਲਾਉਂਦੇ ਹੈਗੇ ਆ ਅਤੇ ਸਵੇਰੇ 10 ਤੋਂ ਲੈ ਕੇ 10 ਤੋਂ 12 ਫਿਰ 1 ਤੋਂ 3 ਫਿਰ 5 ਤੋਂ 6 ਛੇਵੇਂ ਬੰਦ ਹੋ ਜਾਂਦਾ ਭਾਅ ਜੀ ਸਭ ਤੋਂ ਉੱਪਰੋਂ ਹੁਣ ਰਾਈਡ ਲੈਣ ਚੱਲੇ ਹਾਂ ਆਪਾਂ ਓਏ ਚਾਰੋਂ ਪਾਸੋਂ ਰਾਈਡ ਹੀ ਰਾਈਡ ਆ ਉਧਰ ਜਾਣਾ ਪਰਲੀ ਸਾਈਡ ਇੰਨੀ ਪਿਆਰੀ ਇਹਨਾਂ ਨੇ ਕਰੂਜ਼ ਬਣਾਈ ਹੈ ਨਾ ਕੇ ਯਾਰ ਮੈਨੂੰ ਨਹੀਂ ਲੱਗਦਾ ਇੱਦਾਂ ਦੀ ਕਰੂਜ਼ ਦੇਖੀ ਹੋਣੀ ਪਹਿਲਾਂ ਕਦੀ ਵੀ ਹਨਾ ਪੂਰੇ ਇੰਡੀਆ 'ਚ ਨਹੀਂ ਇਹ ਚੀਜ਼ ਹੈ ਨਹੀਂ ਬਹੁਤ ਪਿਆਰੀ ਜਗ੍ਹਾ ਬਣੀ ਹੈ ਇੰਡੀਆ ਤੋਂ ਬਾਹਰ ਹੋ ਸਕਦੀ ਹੈ ਪਰ ਇੰਡੀਆ 'ਚ ਨਹੀਂ ਹਾਂ ਥੋੜੀ ਦੇਰ ਲਈ ਕਲੋਜ਼ ਹੈ ਤੇ ਆਪਾਂ ਨੇ ਜਾਣਾ ਇੱਧਰ ਇਹ ਜਿੱਦਾਂ ਬੱਚੇ ਨਜ਼ਾਰੇ ਲੈ ਰਹੇ ਨੇ ਸਾਡਾ ਵੀ ਦਿਲ ਕਰਦਾ ਨਜ਼ਾਰੇ ਲਈਏ ਇੱਦਾਂ ਅਤੇ ਫਟਾਫਟ ਜਾ ਰਹੇ ਹੈਗੇ ਹਾਂ ਫਿਰ ਲੈਂਦੇ ਹਾਂ ਕਰਦੇ ਗੱਲਬਾਤ ਹਾਂਜੀ ਅਤੇ ਗਾਈਜ਼ ਇਸ ਟਾਈਮ ਦੇ ਉੱਤੇ ਆ ਦੇਖੋ ਆਪਾਂ ਟਿਊਬ ਦੇ ਨਾਲ ਲੈ ਰਹੇ ਹੈਗੇ ਹਾਂ ਆਹ ਦੇਖੋ ਪਹਿਲੀ ਵਾਰੀ ਇੱਦਾਂ ਮੈਂ ਬੈਠਿਆ ਹੈਗਾ ਵਾ ਅਤੇ ਪਹਿਲੇ ਮੈਂ ਪਲਟ ਵੀ ਗਿਆ ਹੈਗਾ ਸੀ ਅਤੇ ਸੋਨੀ ਭਾਈ ਨੇ ਨੂਡਲਾਂ ਸਾਹਿਬ ਨੇ ਸਾਨੂੰ ਪੈਪਸੀ ਭੇਜੀ ਹੈਗੀ ਆ ਅਤੇ ਲੱਗਾ ਕਹਿੰਦਾ ਇਸ ਟਾਈਮ ਦੇਖ ਘਰ 'ਚ ਮੇਰੇ ਕੈਮਰਾ ਵਾ
ਤੇ ਇੱਕ ਹੱਥ ਵਿੱਚ ਪੈਪਸੀ ਹੈਗੀ ਆ ਤੇ ਨਾ ਬਿਲਕੁਲ ਨਾ ਗਲਤ ਹੋ ਜਾਏਗਾ ਭਾਜੀ ਪਹੁੰਚਾ ਲਓਗੇ ਪਾਣੀ ਕਿੰਨਾ ਕੁ ਡੂੰਘਾ ਬਚਾ ਸ਼ਾਬਾਸ਼ ਕੋਈ ਗੱਲ ਨਹੀਂ ਡਰਨਾ ਨਹੀਂ ਮੇਰਾ ਭਰਾ ਮੈਨੂੰ ਸਿੱਧਾ ਕਰਨ ਨੂੰ ਆ ਰਿਹਾ ਮੇਰੇ ਕੋਲ ਸਿੱਧਾ ਨਹੀਂ ਹੋਇਆ ਜਾ ਰਿਹਾ ਗਾਇਸ ਪੂਲ ਪਾਰਟੀ ਯਾਰ ਦੇਖੋ ਕਿੱਡੀ ਘੈਂਟ ਹੋ ਰਹੀ ਹੈ ਘੈਂਟ ਬਾਕੀ ਇੱਥੇ ਇੰਨੀ ਇੱਜ਼ਤ ਮਿਲੀ ਹੈ ਨਾ ਐਜ਼ ਏ ਵਲੌਗਰ ਇਹਨਾਂ ਨੇ ਇੰਨਾ ਮਾਣ ਬਖਸ਼ਿਆ ਪਿਆਰ ਬਖਸ਼ਿਆ ਬਹੁਤ ਵਧੀਆ ਲੱਗਿਆ ਜਿੰਨੇ ਵੀ ਇਹਨਾਂ ਦੇ ਇੱਥੇ ਕੰਮ ਕਰਦੇ ਹੈਗੇ ਨੇ ਜਿਹੜਾ ਵੀ ਇਸ ਪੰਜਵਾਂ ਦਾ ਹਿੱਸਾ ਹੈਗੇ ਨੇ ਉਹ ਸਾਰੇ ਟਿਕਟ ਕਾਊਂਟਰ ਤੋਂ ਲੈ ਕੇ ਸਾਰੇ ਜਣੇ ਬਹੁਤ ਪਿਆਰ ਦੇ ਰਿਹਾ ਐਜ਼ ਏ ਵਲੌਗਰ ਬੜਾ ਰਿਗਾਰਡ ਕਰ ਰਿਹਾ ਵਧੀਆ ਲੱਗ ਰਿਹਾ ਹੈਗਾ ਵਾ ਸਾਰੇ ਜਣੇ ਸਪੋਰਟ ਕਰ ਰਹੇ ਨੇ ਅਤੇ ਇੱਦਾਂ ਹੀ ਮਾਲਕ ਕਿਰਪਾ ਬਣਾਏ ਰੱਖੇ ਅਤੇ ਆਪਾਂ ਇੰਜੋਏ ਕਰਦੇ ਰਹੀਏ ਅਤੇ ਤੁਹਾਨੂੰ ਸਾਰਿਆਂ ਨੂੰ ਸੋਹਣੀ ਸੋਹਣੀ ਵੀਡੀਓ ਦਿਖਾਉਂਦੇ ਰਹੀਏ ਬਾਕੀ ਆਪਾਂ ਪੀ ਜ਼ਰੂਰ ਰਹੇ ਹਾਂ ਇੱਥੇ ਅਲਾਓ ਨਹੀਂ ਹੈਗਾ ਅਤੇ ਤੁਸੀਂ ਵੀ ਜਦੋਂ ਆਉਣਾ ਤਾਂ ਇੱਥੇ ਕੋਈ ਇਹ ਵਾਲਾ ਕੰਮ ਨਹੀਂ ਕਰਨਾ ਕਿ ਪਾਣੀ 'ਚ ਕੋਈ ਚੀਜ਼ਾਂ ਸੁੱਟੋ ਇੱਥੋਂ ਸਟਾਰਟ ਕੀਤਾ ਜੀ ਪਿੰਟੂ ਇੱਥੇ ਪਹੁੰਚ ਗਏ ਹਾਂ ਅਤੇ ਬੱਚੇ ਵੀ ਦੇਖੋ ਪੂਰਾ ਫਨ ਕਰ ਰਹੇ ਨੇ
ਯਾਰ ਲੋਕੇਸ਼ਨ ਚੈੱਕ ਕਰੋ ਗਾਈਸ, ਇੰਨੀ ਪਿਆਰੀ ਵਾਟਰ ਪਾਰਕ ਜੇ ਗਾਈਸ ਤੁਸੀਂ ਕਦੀ ਦੇਖੀ ਹੈਗੀ ਆ ਉਹ ਵੀ ਇੰਨੀ ਡਿਟੇਲ ਦੇ ਵਿੱਚ, ਅਤੇ ਫਿਰ ਮੈਨੂੰ ਕਮੈਂਟ ਕਰਕੇ ਦੱਸੋ। ਬਾਕੀ ਨਜ਼ਾਰੇ ਪੂਰੇ ਬਣੇ ਹੋਏ ਨੇ, ਆਹ ਵੇਖੋ ਬਾਕੀ ਆਪਾਂ ਨੂੰ ਇੱਧਰ ਪਿੰਟੂ ਨੂੰ ਸੁੱਟਣ ਲੱਗੇ ਨੇ। ਯਾਰ ਮੇਰੇ ਤੋਂ ਬਾਅਦ ਤੇਰੀ ਵੀਡੀਓ ਹੈ ਸਾਡੀ ਇਸ ਵੀਡੀਓ 'ਚ, ਤੇ ਦੇਖੀ ਜ਼ਰੂਰ ਹੈ, ਠੀਕ ਹੈ। ਚੈਨਲ ਪਤਾ ਲੱਗ ਗਿਆ ਸੀ ਕਿਹੜਾ ਕਿਹੜਾ? ਅਮਿਤ ਬੱਬਰ, ਹਾਂ। ਉੱਪਰੋਂ ਵਾਟਰਫਾਲ ਹੁੰਦਾ ਹੈਗਾ, ਥੱਲੇ ਛੋਟਾ ਜਿਹਾ ਪੂਲ ਹੈਗਾ, ਇੱਥੇ ਸਾਰੇ ਨਹਾ ਰਹੇ ਹੈਗੇ ਆ। ਅਤੇ ਬਾਕੀ ਤੁਹਾਨੂੰ ਮੈਂ ਉੱਪਰੋਂ ਜਾ ਕੇ ਇੱਕ ਵਾਰੀ ਵਿਊ ਦਿਖਾ ਦਿੰਦਾ ਹੈਗਾ ਮੈਂ। ਬਾਕੀ ਬਸ ਧੁੱਪ ਬੜੀ ਹੈ ਇੱਥੇ, ਅਤੇ ਪੈਰ ਮੇਰੇ ਸੜੇ ਕਰਦੇ ਹੈਗੇ ਆ, ਹੋਰ ਕੋਈ ਗੱਲ ਨਹੀਂ। ਕਿਆ ਬਾਤ ਹੈ ਜੀ, ਨਜ਼ਾਰੇ ਬਣੇ ਪਏ ਆ। ਸਾਰੇ ਪਾਸੇ ਪਾਣੀ ਹੀ ਪਾਣੀ ਹੈਗਾ, ਇੱਧਰ ਸ਼ਿਪ ਆ ਗਈ, ਇੱਧਰ ਹੈ ਨਾ ਅੰਡਰ ਵਾਟਰ ਰਸਤਾ ਬਣਾਇਆ ਹੈਗਾ ਬਹੁਤ ਵਧੀਆ, ਉੱਥੇ ਬਹਿਣ ਨੂੰ ਰੈਸਟ ਕਰਨ ਬਣਾਇਆ, ਨਾਲ ਹੀ ਰੈਸਟੋਰੈਂਟ ਹੈਗਾ ਵਾ। ਬਾਕੀ ਇੱਥੇ ਪਿੰਟੂ ਸਾਡਾ ਆ ਗਿਆ ਵਾ, ਨਜ਼ਾਰੇ ਲੈ ਰਿਹਾ ਪਾਣੀ ਦੇ ਥੱਲੇ, ਬਹੁਤ ਵਧੀਆ। ਬਾਕੀ ਜਿਹੜਾ ਨਹਾਉਣ ਨੂੰ ਕਿਸੇ ਨੇ ਰੈਸਟ ਕਰਨੀ ਤਾਂ ਉੱਥੇ ਰੈਸਟ ਕਰ ਸਕਦਾ ਹੈਗਾ ਵਾ। ਆ ਦੇਖੋ ਗਾਈਸ, ਬਫੇ ਟਾਈਮ ਹੈਗਾ ਵਾ 1 to 4 ਤੱਕ, ਅਤੇ ਬਾਕੀ ਜੇ ਕਿਸੇ ਨੂੰ ਮਤਲਬ ਕਿ ਇੰਨੀ ਜ਼ਿਆਦਾ ਰਾਈਡਸ ਵਗੈਰਾ ਵਾਟਰ ਪਾਰਕ 'ਚ ਇੰਜੋਏ ਕਰਦੇ, ਕਦੇ ਪਿਆਸ ਵਗੈਰਾ ਲੱਗ ਜਾਏ ਤਾਂ ਇੱਥੇ ਵਾਟਰ ਕੂਲਰ ਲੱਗੇ ਹੋਏ ਆ, ਅਤੇ ਬਾਕੀ ਡਿਸਪੋਜ਼ੇਬਲ ਗਲਾਸ ਰੱਖੇ ਹੋਏ ਆ। ਆਹ ਪਾਣੀ ਮੇਰਾ ਤਿਆਰ ਕਰਤਾ ਵੀਰ ਨੇ, ਅਤੇ ਆਪਾਂ ਪਾਣੀ ਪੀ ਲਈਏ, ਫਿਰ ਪਿਆਸ ਲੱਗ ਜਾਂਦੀ ਹੈ ਜੀ। ਮੈਂ ਉੱਥੇ ਮੈਨੂੰ ਉਹ ਟਿਊਬ ਵਾਲੀ ਜਗ੍ਹਾ 'ਤੇ ਲੈ ਜਾਓ ਪਹਿਲਾਂ, ਟਿਊਬ ਵਾਲੀ ਜਗ੍ਹਾ 'ਤੇ ਨਾ ਮੈਂ ਲੰਮੇ ਪੈਣਾ ਪੁੱਠਾ। ਮੈਂ ਪੂਰੇ ਰਸਤੇ ਲੱਭਦਾ ਰਿਹਾ ਯਾਰ ਤੁਹਾਨੂੰ, ਬੜਾ ਮਜ਼ਾ ਆਇਆ ਯਾਰ। ਪਤਾ ਕੀ ਹੈ, ਆਪਾਂ ਵੀਡੀਓ ਬਣਾਉਣੀ ਆ ਹੀ ਯਾਰ, ਆਪਾਂ ਫੇਰ ਤੋਂ ਚੱਲ ਲੈਂਦੇ ਆ। ਚਲੋ ਯਾਰ ਚਲੀਏ, ਫੇਰ ਤੋਂ ਟਿਊਬ ਲੈ ਲੈਂਦੇ ਆ, ਆ ਲੈਣੀ ਆ ਪਹਿਲੇ ਇੱਕ ਉਹ ਦੇਖ ਕੇ ਨਾ, ਮੈਂ ਟਿਊਬ ਲੈਂਦੇ ਆ ਫੇਰ ਇੱਕ ਲਾਵਾਂਗੇ। 6 ਵਜੇ ਦਾ ਟਾਈਮਿੰਗ ਆ ਆਪਣੇ ਕੋਲ। ਨਹੀਂ ਕਿਤੇ ਨਹੀਂ ਜਾਣਾ, ਵਲੌਗ ਆਪਾਂ ਇੱਧਰ ਦਾ ਕਰਨਾ, ਵਧੀਆ ਕਰਨਾ ਘੱਟ ਟਾਈਮ ਦੇ ਵਿੱਚ। ਦੇਖੋ ਜੀ, ਵਲੌਗ ਭਾਵੇਂ 5-7 ਆ ਗਏ ਨੇ ਇਸ ਪਾਰਕ ਦੇ, ਵਾਟਰ ਪਾਰਕ ਦੇ, ਪਰ ਅਸੀਂ ਤੁਹਾਨੂੰ ਪਤਾ ਹਰ ਇੱਕ ਗੱਲ ਡਿਟੇਲ 'ਚ ਕਰਨੀ ਆ। ਸਾਡਾ ਵਲੌਗ ਤੁਹਾਨੂੰ ਪਤਾ ਹੀ ਆ ਵੱਡਾ ਜਾਂਦਾ, ਅਤੇ ਸਾਡਾ ਤੁਸੀਂ ਪੂਰਾ ਸਾਥ ਦੇਣਾ ਇਸ ਵਲੌਗ 'ਚ ਵੀ, ਪੂਰਾ ਖੁੱਲ੍ਹ ਕੇ ਹੈ ਨਾ ਇੰਜੋਏ ਕਰਨਾ, ਸਾਰਾ ਦੱਸਣਾ ਆਪਾਂ।
ਕਰ ਦੋ, ਹੈਲੋ ਕਰ ਦੋ। ਕਾਫੀ ਬੰਦੇ ਇੱਥੇ ਬਹਿ ਕੇ ਖਾ ਪੀ ਸਕਦੇ ਇੱਕ ਟਾਈਮ 'ਤੇ। ਬਾਕੀ ਮੈਂ ਬੱਫੇ ਦਿਖਾ ਦਿੰਦਾ ਕੀ ਕੁਛ ਬਣਿਆ ਇੱਥੇ, ਅਤੇ ਨੂਰੁੱਲਾ ਸਾਹਿਬ ਪਹਿਲਾਂ ਇਹਨਾਂ ਨੂੰ ਦਿਖਾ ਦਈਏ ਕਿ ਬੱਫੇ 'ਚ ਕੀ ਕੁਛ ਬਣਿਆ। ਤੁਸੀਂ ਦਿਖਾਓ ਨਾ ਕੀ ਕੁਛ ਬਣਿਆ, ਅਤੇ ਪਾਓ ਆਪਣੀ ਪਲੇਟ 'ਚ ਨਾਲ ਨਾਲ। ਆਹ ਪਲੇਟ ਆ ਗਈ, ਕਾਫੀ ਅੱਛੀ ਕੁਆਲਿਟੀ ਦੀ ਪਲੇਟ ਆ। ਸੈਲਡ ਠੀਕ ਹੈ ਜੀ, ਸਭ ਤੋਂ ਪਹਿਲਾਂ ਸੈਲਡ ਆ ਗਿਆ ਇਹਨਾਂ ਦਾ। ਬਾਕੀ ਰਾਈਸ ਹੈਗੇ ਆ, ਕਿਆ ਬਾਤ ਆ, ਫਿਲਿੰਗ ਵੀ ਨਾਲ ਨਾਲ ਚੱਲ ਰਹੀ ਆ। ਕਰਡ ਰਹਿ ਗਿਆ ਸੀ ਸੈਲਡ ਤੋਂ ਬਾਅਦ, ਕਰਡ ਵੀ ਹੈਗਾ। ਬਾਕੀ ਇਹ ਦਾਲ ਮੈਨੂੰ ਲੱਗਦਾ ਸਾਂਬਰ ਦੀ ਦਾਲ ਆ, ਬਟਰ ਪਨੀਰ। ਇਹ ਕੀ ਆ, ਮਟਰ ਮਸ਼ਰੂਮ, ਮਟਰ ਮਟਰ ਮਸ਼ਰੂਮ ਹੈ ਨਾ। ਬਾਕੀ ਮਨਚੂਰੀਅਨ ਇਹਨਾਂ ਦਾ, ਬਾਕੀ ਨੂਡਲਸ ਬਣੇ ਹੋਏ ਨੇ, ਨੂਡਲਸ ਆ ਗਏ ਇਹਨਾਂ ਦੇ। ਨੂਡਲ ਤੋਂ ਬਾਅਦ ਆ ਗਈ ਇਹਨਾਂ ਦੀ ਰੋਟੀਆਂ, ਬਹੁਤ ਵਧੀਆ ਸਿਸਟਮ। ਨੂਡਲ ਸਾਹਿਬ ਰੋਟੀ ਬੱਫੇ ਦੇ ਵਿੱਚ ਤੁਹਾਨੂੰ ਸਾਰਾ ਦੱਸ ਹੀ ਦਿੱਤਾ ਹੈਗਾ ਕਿਹੜੀ ਕਿਹੜੀ ਇੱਥੇ ਆਈਟਮਸ ਹੈਗੀਆਂ ਇਹਨਾਂ ਕੋਲ, ਅਤੇ ਮੈਂ ਫਿਰ ਆਪਣੀ ਵੀ ਪਲੇਟ ਪਾ ਲੈਂਦਾ ਅਤੇ ਖਾਂਦੇ ਹਾਂ, ਫਿਰ ਚੱਲਦੇ ਹੈਗੇ ਆ। ਠੀਕ ਆ, ਅਤੇ ਨਹੀਂ ਬਾਈ ਮੈਂ ਪਾ ਲੈਂਦਾ ਆਪੇ। ਆਫ ਦਾ ਟੇਸਟ ਕਿੱਦਾਂ ਲੱਗਦਾ, ਮਤਲਬ ਕਿ ਪਤਾ ਲੱਗ ਜਾਂਦਾ ਇੱਕ ਅੱਧੀ ਬਾਈਟ ਤੋਂ ਕਿ ਫੂਡ ਦੀ ਕੁਆਲਿਟੀ ਕਿੱਦਾਂ। ਬਹੁਤ ਵਧੀਆ ਹੈ ਨਾ, ਇਹਨਾਂ ਨੇ ਹਰ ਇੱਕ ਚੀਜ਼ ਨੂੰ ਐਕਸਟੈਂਡਡ ਦਿੱਤਾ ਹੈਗਾ ਹੈ ਨਾ, ਫੁੱਲ ਸਟੈਂਡਰਡ ਹੈ ਨਾ। ਕਿਉਂਕਿ ਬੱਫੇ ਵਧੀਆ ਲਾਣਗੇ ਹੈ ਨਾ, ਫਿਰ ਇੱਕ ਵਾਰੀ ਕੋਈ ਖਾ ਕੇ ਜਾਏਗਾ ਫਿਰ ਅੱਗੇ ਵਧੀਆ ਰਿਵਿਊ ਦਊਗਾ। ਹਜੇ ਤੱਕ ਨਾ ਮੈਨੂੰ ਲੱਗਦਾ ਕਿ ਜੇ ਇਹਦੀ ਟਿਕਟ 4,000 ਰੁਪਈਆ ਵੀ ਹੋਊਗੀ ਨਾ ਤਾਂ ਵੀ ਵਰਥ ਹੈ ਭਾਜੀ। ਪਰ ਸਿਕਿਉਰਿਟੀ ਬੜੀ ਆ, ਹਰ ਇੱਕ ਚੀਜ਼ ਦਾ ਬੜਾ ਧਿਆਨ ਰੱਖਿਆ ਹੋਇਆ ਇਹਨਾਂ ਨੇ ਹੈ ਨਾ। ਬਿਲਕੁਲ ਹੈ ਨਾ, ਅਤੇ ਬਾਕੀ ਹੁਣ ਗਾਈਜ਼ ਭਾਜੀ ਨੇ ਤਾਂ ਖਾਣਾ ਸਟਾਰਟ ਕਰ ਦਿੱਤਾ ਹੈਗਾ ਵਾ, ਮੈਂ ਵੀ ਆਪਣੀ ਪਲੇਟ ਕਰ ਲੈਣਾ ਚਾਹ ਤੇ ਫਟਾਫਟ ਖਾਈਏ, ਅਤੇ ਬੈਟਰੀ ਵੀ ਬਚਾਈਏ ਅਤੇ ਮੈਮਰੀ ਵੀ ਬਚਾਈਏ, ਤਾਂ ਕਿ ਆਪਾਂ ਤੁਹਾਨੂੰ ਵੱਧ ਤੋਂ ਵੱਧ ਵਧੀਆ ਵਧੀਆ ਸ਼ੋਟਸ ਦੇ ਸਕੀਏ ਹੈ ਨਾ। ਖਾਣਾ ਤੁਹਾਨੂੰ ਦਿਖਾਤਾ ਕਿਹੜਾ ਕਿਹੜਾ ਹੈਗਾ ਖਾਂਦੇ ਦਾ, ਕੀ ਦਿਖਾਉਣਾ ਹੈਗਾ, ਜਿੱਦਾਂ ਤੁਸੀਂ ਖਾਣਾ ਉੱਦਾਂ ਮੈਂ ਖਾਣਾ ਹੈਗਾ ਵਾ, ਅਤੇ ਬਸ ਮਿਲਦੇ ਹੁਣ ਤੁਹਾਨੂੰ ਅੱਗੇ। 15 ਮਿੰਟਸ ਲੇਟਰ ਬਾਕੀ ਭਰਾ ਪਤਾ ਨਹੀਂ ਕਿੱਧਰ ਚੱਲ ਗਏ ਹੈਗੇ ਆ, ਸੋਨੂ ਭਾਈ ਤਾਂ ਆ ਗਏ ਆ ਆਪਣੇ, ਅਤੇ ਆਪਾਂ ਹੁਣ ਥੋੜ੍ਹਾ ਹੁਣ ਆਹ ਲਵਾਂਗੇ ਟਿਊਬ, ਬੜੀ ਘੈਂਟ ਜੀ ਆ, ਅਤੇ ਆਹ ਲੈ ਕੇ, ਅਤੇ ਮੈਂ ਤਾਂ ਸੋਨੀ ਭਾਈ ਚੱਲਦੇ ਹਾਂ। ਆ ਜਾਓ ਸੋਨੀ ਭਾਅ, ਆਹ ਟਿਊਬ ਸਾਨੂੰ ਮਿਲ ਗਈ ਆ, ਆਹ ਆਪਾਂ ਚੁੱਕਣੀ ਆ ਜੀ। ਅਤੇ ਆਹ ਦੇਖੋ ਕਿੰਨਾ ਵਧੀਆ ਸੈਟਅਪ ਆ, ਇੱਥੋਂ ਦੀ ਨਿਕਲ ਨਿਕਲ ਕੇ ਘੁੰਮ ਫਿਰ ਕੇ ਆਉਣਾ ਆਪਾਂ ਹੁਣ। ਚਲੋ ਤੁਸੀਂ ਵੀ ਲੈ ਲਈ ਇੱਕ,
ਚਲੋ ਐ ਨਹੀਂ ਚੱਲਣੀ, ਚਲੋ ਫਿਰ ਚਲੋ 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 ਆਪਾਂ ਘੁੰਮ ਫਿਰ ਕੇ ਪੂਰਾ ਇੱਧਰੋਂ ਉੱਧਰੋਂ 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 ਜਿਗ ਜੈਗ ਹੋ ਗਏ, ਉੱਧਰ ਆਉਣਾ ਹੈਗਾ ਪਰ ਜਾਣਾ ਹੈ ਦੇਖੋ ਇੱਧਰੋਂ ਉਹ ਪੌੜੀਆਂ ਚੜ੍ਹਨੀਆਂ ਪੈਣੀਆਂ ਸਾਨੂੰ ਉਹ ਬੱਲੇ ਬੱਲੇ ਸਾਰੇ ਪਾਸੇ ਘੁੰਮ ਕੇ ਆਵਾਂਗੇ ਯਾਰ, ਸਾਰਾ ਘੁੰਮਾਵਾਂਗੇ ਬਹੁਤ ਵਧੀਆ। ਹਾਂ ਇੱਕ ਆਹ ਹੋ ਗਿਆ ਨਾ, ਇੱਕ ਉੱਧਰੋਂ ਹੋਏਗਾ, ਉਹ ਦੇਖੋ ਉੱਧਰੋਂ ਚੱਲ ਜਾਓ, ਇੱਧਰੋਂ ਚੱਲ ਜਾਓ, ਲਿੰਕ ਕੀਤੇ ਦਾ ਉਹ ਦੇਖੋ, ਉਹ ਦੇਖੋ ਕਿੱਡੀ ਘੈਂਟ ਹੈ, ਆਹ ਲੈਣੀ ਹੈ ਯਾਰ। ਵਾਕੇ ਯਾਰ ਇੱਦਾਂ ਕਿੱਦਾਂ ਪੂਰੇ ਪਰੇ ਕਰਕੇ ਬਹਿਣਾ, ਇੱਕ ਮਿੰਟ ਗੁਣ ਫੜਾ ਇੱਕ ਮਿੰਟ, ਆਹ ਠੀਕ ਹੈ, ਆਹ ਠੀਕ ਹੈ, ਇੱਦਾਂ ਇਹਨੂੰ ਠੀਕ ਹੈ, ਚਲੋ ਉੱਧਰ ਲਈ ਬਸ ਠੀਕ ਹੈ, ਘੁੱਟ ਕੇ ਫੜਿਓ, ਆਹ ਚੱਲੇ ਜੀ ਗਾਈ ਨੂੰ, ਜੈ ਗੁਰੂ ਜੀ, ਵਾਹ ਓਏ ਬੱਲੇ ਸੋਨੀ ਪਾ ਬਚਾਅ ਹੋ ਜਾਏਗਾ, ਓਏ ਓਏ ਉਹ ਬੜਾ ਔਖਾ ਹੀ ਕੰਮ ਹੋਏ, ਦੇਖੀ ਧਿਆਨ ਰੱਖ ਓਏ ਕਿੱਥੇ ਬਚਾਈ ਓਏ, ਵਾਹ ਇੱਧਰ ਜਾਣਾ ਹੁਣ 48 ਨੰਬਰ ਐਰੇ ਚ, ਉਹ ਕਿੱਥੋਂ ਹੁਣ ਉੱਥੇ ਪੁੱਛਣਾ ਉਹਨਾਂ ਨੂੰ, ਠੀਕ ਹੈ 48 ਨੰਬਰ ਜਾਓ, ਜਿਹੜੀ ਉਹਦੇ ਤੋਂ ਆਈ ਉਹ ਫੜ ਲਓ, ਓਕੇ ਓਕੇ ਠੀਕ ਹੈ ਭਾਜੀ ਸ਼ੁਕਰੀਆ, ਸਵਾਦ ਆਇਆ ਜਾਂ ਵਧੀਆ ਹੋ ਗਿਆ, ਤੂੰ ਅੱਗੇ ਆ ਗਿਆ, ਪਿੱਛੇ ਹੁੰਦਾ ਤੇਰੇ ਨਾਲ, ਤੂੰ ਪਿੱਛੇ ਹੋਣਾ ਸੀ, ਹਾਂ ਔਖਾ ਹੋ ਗਿਆ, ਆਹ ਠੀਕ ਹੈ ਹੁਣ ਆਪਾਂ ਪਹਿਲਾਂ ਲੈ ਲਿਆ, ਦੂ ਸੈਕਿੰਡ ਵਾਲੇ ਵਿਚਕਾਰ ਲੈਣਾ, ਉਹਦੇ ਬਾਅਦ ਇੱਧਰ ਵਾਲਾ, ਠੀਕ ਹੈ ਚਲ ਚਲੋ ਸਿੱਧੇ ਤੁਹਾਨੂੰ ਮਿਲਦੇ ਹੁਣ ਝੂਟੇ 'ਤੇ, ਵੀਰੇ ਸਾਡੀ ਵਾਰੀ ਆ ਜੂਗੀ ਪੱਕੀ ਗੱਲ ਆ, ਲੈ ਯਾਰ ਥੱਕ ਗਏ ਯਾਰ, ਚੱਲ ਬੇਟਾ ਇਕੱਠੇ ਚੱਲਦੇ ਹਾਂ, ਮੈਂ ਸੋਨੀ ਭਾਅ ਤੂੰ ਤੇ ਪਿੰਟੂ, ਨਹੀਂ ਜਾਣਾ ਭਾਈ ਸਿੰਗਲ ਬੰਦਾ ਜਾ ਸਕਦਾ, ਆਪਾਂ ਜਾਣਾ ਚਲ ਚਲ ਚਲੋ ਅੱਗੇ ਮੈਂ ਬੈਠਾ, ਭਾਈ ਤੁਹਾਡਾ ਕਿੰਨਾ, ਮੇਰਾ 90, ਇੱਕ ਮਿੰਟ ਮੈਨੂੰ ਬਹਿ ਲੈਣ ਦਿਓ, ਇੱਕ ਮਿੰਟ ਚਲੋ, ਓਏ ਇਸ ਤੋਂ ਵੀ ਜ਼ਬਰਦਸਤ ਹੈ ਗਾਇਸ, ਓਏ ਓ ਬਾਕੇ ਯਾਰ ਬੜੀ ਸਪੀਡ ਆ, ਉੱਠ ਕੇ ਵੜਿਓ, ਓ ਸ਼ਿਟ ਮੈਨ, ਓ ਸ਼ਿਟ ਮੈਨ, ਓ ਮੈਨ, ਓ ਮੈਨ ਪਿੰਟੂ ਤੇ ਆਸ਼ੂ, ਉਹ ਦੇਖੋ ਚੀਕਾਂ ਮਾਰਦੇ, ਆ ਬੱਬਰ ਮਜ਼ਾ ਚਲੀਏ ਗਾਈ ਦਾ, ਥੋੜ੍ਹੇ ਜਿਹੇ ਇੰਸਟਰਕਸ਼ਨਸ ਲਿਖੀਆਂ ਹੋਈਆਂ ਨੇ, ਇਹ ਸਾਰੀਆਂ ਤੁਸੀਂ ਨਾ ਪੌਜ਼ ਕਰਕੇ ਜ਼ਰੂਰ ਪੜ੍ਹ ਲਿਓ, ਅਤੇ ਇੱਧਰ ਵੀ ਲਿਖੀਆਂ ਨੇ ਸੇਫਟੀ ਇੰਸਟਰਕਸ਼ਨਸ, ਪਿਆਰਾ ਜ਼ਰੂਰ ਸਾਰੀਆਂ ਪੜ੍ਹ ਲਿਓ ਪੌਜ਼ ਕਰਕੇ ਨਾ, ਆਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਵਾ, ਠੀਕ ਆ ਠੀਕ ਹੈ ਨਾ, ਇਹ 48 ਨਾ ਚੱਲ ਪੜੇ ਜੀ ਨਾ, ਇੱਕ ਮਿੰਟ ਮੈਂ ਛੱਡਿਓ ਨਾ ਜਦੋਂ ਤੱਕ ਮੈਂ ਨਹੀਂ ਕਹਾਂਗਾ,
ਲਓ ਜੀ ਗਾਇਸ ਬੈਠ ਚੁੱਕਿਆ ਓਏ ਨੈਕਸਟ ਸਲਾਈਡ ਓ ਯਾਰ ਬਹੁਤ ਵਧੀਆ ਇਹ ਮਦਰ ਖੇਲੇ ਥੋੜੀ ਪਾ ਹਾਂਜੀ ਹਾਂਜੀ ਥੋੜੀ ਓ ਬੱਲੇ ਓ ਬੱਬਾ ਓਏ ਫੜ ਕੇ ਓਏ ਓਏ ਹੋਏ ਹੋਏ ਯਾਰ ਬਹੁਤ ਵਧੀਆ ਗਾਇਸ ਬਹੁਤ ਵਧੀਆ ਵਰਥ 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 ਕੋਈ ਨਹੀਂ ਰਾਹ ਕੋਈ ਗੱਲ ਨਹੀਂ ਆ ਗਈ ਗੱਡੀ ਬਾਹਰ ਮੈਂ ਤਾਂ ਵੈਸੇ ਤਿੰਨ ਰਾਈਡਾਂ ਲੈ ਲਈਆਂ ਵਾ ਪਰ ਆਸ਼ੂ ਕਹਿੰਦਾ ਮੈਂ ਤੇਰੇ ਨਾਲ ਇੱਕ ਲੈਣੀ ਆ ਰਾਈਡ ਆ ਬੈਠਾ ਅੱਗੇ ਆਸ਼ੂ ਅਤੇ ਨਰੂਲਾ ਸਾਹਿਬ ਸਲਾਈਡ ਲਈ ਤਿਆਰ ਨੇ ਲੇਟ ਚੁੱਕੇ ਦੇ ਨੇ ਅਤੇ ਬਹੁਤ ਬੜੀ ਸਪੀਡ ਦੇ ਨਾਲ ਆ ਰਹੇ ਨੇ ਥੱਲੇ ਇਹ ਚੱਲੇ ਇੱਕ ਗਿਆ ਹੀ ਉਹ ਦੋ ਗਿਆ ਹੀ ਉਹ ਵਾਕੇ ਯਾਰ ਉੱਡਦੇ ਹੀ ਆ ਰਹੇ ਓਏ ਬਹੁਤ ਓਏ ਨਰੂਲਾ ਸਾਹਿਬ ਤੁਸੀਂ ਪਲਟੀ ਗਏ ਮੈਂ ਤਾਂਹੀਓ ਨਹੀਂ ਲਿਆਇਆ ਝੂਟਾ ਗਾਈਸ ਰਾਈਡਸ ਇੱਥੇ ਮੁੱਕਣ ਦਾ ਨਾਂ ਹੀ ਨਹੀਂ ਲੈਂਦੀਆਂ ਇੱਕ ਰਾਈਡ ਖਤਮ ਹੁੰਦੀ ਹੈ ਅਤੇ ਦੂਜੀ ਤਿਆਰ ਹੈਗੀ ਆ ਦੇਖੋ ਕਿੱਡਾ ਵੱਡਾ ਪੰਜਵਾਏ ਜਿਹੜਾ ਕਿ ਕਲੇਮ ਕਰਦੇ ਆ 13 ਏਕੜ ਦੇ ਜੋ ਵਾਟਰ ਪਾਰਕ ਬਣਦੇ ਆ ਸੀਰੀਅਸਲੀ ਬਹੁਤ ਹੀ ਵਧੀਆ ਜਗ੍ਹਾ ਹੈਗੀ ਆ ਅਤੇ ਬਹੁਤ ਹੀ ਮਜ਼ਾ ਟਿਕਟ ਵਸੂਲ ਜਗ੍ਹਾ ਹੈਗੀ ਆ ਅਤੇ ਆਹ ਦੇਖੋ ਕਿਆ ਬਾਤ ਆ ਦੇਖੋ ਜੇ ਕਿਸੇ ਵੀ ਰਾਈਡ ਹੁੰਦੀ ਆ ਦੇਖੋ ਵੇਟ ਪ੍ਰੋਪਰ ਕਰਕੇ ਫਿਰ ਹੀ ਭੇਜਦੇ ਹੈਗੇ ਆ ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਆ ਬਾਕੀ ਆਹ ਵੀ ਇੰਸਟਰਕਸ਼ਨਸ ਲਿਖੀਆਂ ਨੇ ਇਹ ਵੀ ਤੁਸੀਂ ਪੜ੍ਹ ਸਕਦੇ ਹੈਗੇ ਹੋ ਆ ਦੇਖੋ
ਹੈਗਾ ਜੀ ਭਾਰੀ ਵਾਲਾ ਪਿੱਛੇ। ਅੱਛਾ ਮੇਰਾ ਭਾਰ ਘੱਟ ਹੋ ਗਿਆ ਦਾ ਮਤਲਬ। ਥੈਂਕ ਯੂ। ਕੋਈ ਤੇ ਹੈਗਾ ਜਿਹੜੇ ਗਿਆ ਭਰਾ ਤੇਰਾ ਵੇਟ ਘਟਾ। ਥੈਂਕ ਯੂ। ਪਰ ਛੱਡਣਾ ਉਦੋਂ ਹੈ ਜਦੋਂ ਮੈਂ ਪ੍ਰੋਪਰ ਫੜ ਲਾਂਗਾ। ਬਹਿ ਜਾ ਬਾ ਠੀਕ ਆ। ਇੱਕ ਮਿੰਟ ਭਾਜੀ ਯਾਰਾ ਫੜ ਲਿਆ ਦਿਓ ਯਾਰਾ ਕੁੰਡਾ ਜਾ ਰਹੇ ਹੋ ਆਸ਼ੂ ਤੁਸੀਂ ਡੇਲੀ ਇੱਥੇ ਰਹਿਣਾ ਹੁੰਦਾ ਪੈਰ ਪੁਰ ਗਲਦੇ ਨੀ? ਨਹੀਂ ਬਾਈ ਯਾਰ ਦੇਖੋ ਕੋਈ ਨਹੀਂ। ਕਿੰਨੇ ਤੋਂ ਕਿੰਨੇ ਇੱਥੇ ਅੰਦਰ ਹੀ ਹੁੰਦੇ? ਅੱਛਾ ਉਦਾਂ 10 to 6 ਹੈਗਾ ਹਨਾ। ਆ ਕੇ ਤੁਸੀਂ ਸੈਟਿੰਗ ਸ਼ੂਟਿੰਗ ਕਰਦੇ ਹੋਣੇ ਸਾਰੇ? ਬਹੁਤ ਵਧੀਆ ਜਗ੍ਹਾ ਬਣੀ ਭਾਜੀ, ਬਹੁਤ ਵਧੀਆ ਜਗ੍ਹਾ ਬਣੀ ਆ, ਨਾਲ ਨੇੜੇ ਤੇੜੇ ਦੇ ਬੰਦਿਆਂ ਨੂੰ ਕੰਮ ਵੀ ਮਿਲਿਆ ਹਨਾ। ਬਹੁਤ ਵਧੀਆ ਜਗ੍ਹਾ ਬਣਾਈ ਆ। ਕਿੱਦਾਂ ਬਾਈ ਜੀ ਨਜ਼ਾਰੇ ਆ? ਕਿਆ ਵਾ ਭਾਈ, ਵੀਡੀਓ ਕਿਸੇ ਦੀ ਨਹੀਂ ਕਟਵੇਗੀ, ਇਹ ਵਾਅਦਾ ਰਿਹਾ। ਬਾਕੀ ਤੁਸੀਂ ਸ਼ੇਅਰ ਆਪਣੇ ਭਰਾਵਾਂ ਸਾਰਿਆਂ ਨੂੰ ਕਰ ਦੇਣੀ ਆ। ਹਾਂ ਮੇਰੀ ਲੱਗੀ ਆ। ਟਿਕਣ ਵਾਲਾ ਕੰਮ ਹੈ? ਨਹੀਂ ਨਹੀਂ ਡਿੱਗਦੀ ਨਹੀਂ, ਘਟਾ ਦੀ ਬਾਈ। ਬਹੁਤ ਘੈਂਟ ਲੱਗੇ। ਚਲੋ ਚੱਲ ਪਿੰਟੂ। ਉਹ ਪਾਣੀ ਆ ਗਿਆ ਉੱਪਰ ਸੇ, ਪਾਣੀ ਆ ਗਿਆ। ਉਹ ਝਟਕਾ ਸਹੀ ਹੈ ਯਾਰ, ਨਜ਼ਾਰੇ ਆ ਵਾ। ਮੈਂ ਪੂਰੇ ਮਤਲਬ ਕਿ ਮੈਨੂੰ ਲੱਗਦਾ ਇੰਡੀਆ 'ਚ ਨਹੀਂ ਹੋਣੀ ਇੱਦਾਂ ਦੀ ਆਈਟਮ। ਬੜੀ ਘੈਂਟ ਜਗ੍ਹਾ ਹੈ ਨਾ, ਬਹੁਤ ਵਧੀਆ ਜਗ੍ਹਾ। ਬਸ ਗਾਈਸ ਬੈਟਰੀ ਸਾਡੀ ਵੀ ਥੋੜ੍ਹੀ ਜਿਹੀ ਰਹਿ ਗਈ ਆ, ਅਤੇ ਮੋਸਟਲੀ ਮੈਂ ਸਾਰਾ ਕਵਰ ਕਰ ਦਿੱਤਾ ਹੈਗਾ ਵਾ। ਜੇ ਕੋਈ ਚੀਜ਼ਾਂ ਰਹਿ ਜਾਣਗੀਆਂ ਹੈ ਨਾ, ਮੈਨੂੰ ਲੱਗਦਾ ਨਹੀਂ ਕੁਛ ਰਿਹਾ ਹੈਗਾ, ਆਪਾਂ ਪੂਰਾ ਪਾਰਟ ਕਵਰ ਕੀਤਾ। ਬਾਕੀ ਮੈਂ ਨਾ ਘਰ ਜਾ ਕੇ ਇੱਕ ਕਲਿੱਪ ਦੇ ਵਿੱਚ ਹੋਰ ਡਿਟੇਲ ਜਿਹੜੀਆਂ ਹੋਣਗੀਆਂ ਉਹ ਸਾਰੀਆਂ ਸ਼ੇਅਰ ਕਰਾਂਗਾ ਤੁਹਾਡੇ ਨਾਲ। ਅਤੇ ਬਾਕੀ ਆਪਾਂ ਹੁਣ ਥੋੜ੍ਹਾ ਜਿਹਾ ਆਪਣਾ ਨਜ਼ਾਰਾ ਲੈ ਰਹੇ ਹੈਗੇ ਆ, ਅਤੇ ਬਸ ਟਾਈਮ ਹੋ ਹੀ ਗਿਆ ਆਉਣ ਵਾਲਾ, ਫਿਰ ਬਸ ਹੁਣ ਆਪਾਂ ਜਲਦੀ ਘਰ ਮੋੜਨਾ ਹੈਗਾ ਵਾ। ਇਹ ਦੋਨੋਂ ਪਾਪਾ ਚ ਲੜ ਗਏ ਆ, ਪਹਿਲੇ ਉਹਨੇ ਉਹਨੂੰ ਸੁੱਟਿਆ, ਹੁਣ ਇਹਨੇ ਉਹਨੂੰ ਸੁੱਟਿਆ। ਇਹ ਅੰਡਰ ਵਾਟਰ ਚੱਲਾ ਕਹਿੰਦਾ ਮੈਂ ਲੈ ਗਿਆ ਆਪਣੀ ਸਿੱਟੇ ਮੇਰੇ ਪਾ ਗਿਆ, ਬਾਹਰ ਆ ਗਿਆ ਤੂੰ। ਆਹ ਦੇਖੋ ਗਾਈਸ, ਤੁਸੀਂ ਸਾਰੇ ਜਾਣੇ ਕਹਿੰਦੇ ਨਾ ਵੀਡੀਓ ਬਣਾਉਣੀ ਸੌਖੀ ਆ, ਆਹ ਰਗੜਵਾਇਆ ਜੀ ਇੱਕ ਇੱਕ ਆ ਇੱਥੇ ਸੱਟ ਲੱਗੀ ਆ ਆਹ ਜਗ੍ਹਾ 'ਤੇ, ਆਹ ਮੇਰੇ ਪੈਰ 'ਤੇ ਬਲਿਸਟਰ ਚੈੱਕ ਕਰੋ ਠੀਕ ਆ।
ਕਈ ਸਾਰੇ ਜਾਣੇ ਕਹਿੰਦੇ ਵੀਡੀਓ ਬਣਾਉਣੀ ਸੌਖੀ ਹੈ। ਇੱਥੇ ਬਹੁਤ ਜ਼ਿਆਦਾ ਹਿਡਨ ਐਫਰਟਸ ਹੁੰਦੇ ਨੇ ਜਿਹੜੇ ਕਿ ਆਪਾਂ ਨੂੰ ਕੀਤੇ ਜਾਂਦੇ ਆ, ਪਰ ਆਪਾਂ ਤੁਹਾਨੂੰ ਕਿਉਂ ਦਿਖਾਈਏ, ਹੈ ਨਾ, ਆਪਾਂ ਤੁਹਾਨੂੰ ਵਧੀਆ ਪਾਰਟ ਦਿਖਾਉਣਾ ਹੈਗਾ ਵਾ। ਅਤੇ ਇਸ ਕਰਕੇ ਸਪੋਰਟ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਅਤੇ ਬੜੀਆਂ ਸਾਰੀਆਂ ਬਰੀਕੀਆਂ ਹੈਗੀਆਂ ਜਿਹੜੀਆਂ ਤੁਹਾਨੂੰ ਹੋਰ ਕਿਸੇ ਦੇ ਚੈਨਲ 'ਤੇ ਪੂਰੇ ਸ਼ਿਓਰ ਨਹੀਂ ਮਿਲਣਗੀਆਂ, ਭਰਾ ਦੇ ਚੈਨਲ 'ਤੇ ਮਿਲਣਗੀਆਂ। ਕਿਉਂ ਬਾਈ, ਸਹੀ ਗੱਲ ਹੈ ਨਾ, ਸਾਡੇ ਚੈਨਲ 'ਤੇ ਡਿਟੇਲ ਫੁੱਲ ਹੁੰਦੀ ਆ, ਇਹ 'ਚ ਕੋਈ ਆਪਣੇ ਮੂੰਹੋਂ ਮਿੱਠਾ ਬਣਾਉਣ ਵਾਲੀ ਗੱਲ ਨਹੀਂ ਹੈਗੀ, ਰਿਐਲਿਟੀ ਆ, ਫੈਕਟ ਹੈ, ਤਾਂ ਗੱਲ ਕਰੀਦੀ ਆ। ਸਹੀ ਹੈ ਨਾ, ਬਿਲਕੁਲ ਨਜ਼ਾਰਾ ਆ ਰਿਹਾ, ਨਾ ਕਰੀ ਸੋਹਣ ਲੱਗੇ ਕੈਮਰਾ ਹੱਥ 'ਚ, ਪਲਟਾਣਾ ਬੜੀਆ। ਹਾਂ, ਮੈਂ ਕਿਹਾ ਮੈਨੂੰ ਲੱਗਾ ਇਹ ਪਲਟਾਣ ਉੱਧਰ ਲੈ ਕੇ ਜਾ ਰਿਹਾ, ਪਿੱਛੇ ਨੂੰ ਭਾਈ ਭਾਰ ਪਾਓ ਮਾੜਾ ਜਿਹਾ। ਹਾਂਜੀ, ਅਤੇ ਗਾਈਜ਼, ਜਿਹੜਾ ਤੁਸੀਂ ਵਲੌਗ ਦੇਖ ਕੇ ਹਟੇ ਹੋ, ਤੁਹਾਨੂੰ ਪਤਾ ਹੈ ਨੌਰਥ ਇੰਡੀਆ ਦੀ ਸਭ ਤੋਂ ਵੱਡੀ ਵਾਟਰ ਪਾਰਕ ਦਾ ਵਲੌਗ ਤੁਸੀਂ ਦੇਖਿਆ ਹੈਗਾ, ਅਤੇ ਬਹੁਤ ਹੀ ਜ਼ਿਆਦਾ ਸਾਨੂੰ ਮਜ਼ਾ ਆਇਆ ਇਸ ਪਾਰਕ ਦੇ ਵਿੱਚ। ਤੁਸੀਂ ਦੇਖਿਆ ਅਸੀਂ ਕਿੱਦਾਂ ਇੰਜੋਏ ਕੀਤਾ ਹੈਗਾ ਵਾ, ਅਤੇ ਵੀਡੀਓ ਦੇ ਵਿੱਚ ਮੈਂ ਸਾਰੀਆਂ ਗੱਲਾਂ ਤੁਹਾਨੂੰ ਦੱਸੀਆਂ ਸੀ। ਇਹ ਐਂਡਿੰਗ ਵਾਲਾ ਪਾਰਟ ਮੈਂ ਐਂਡ 'ਤੇ ਤਾਂ ਸ਼ੂਟ ਕਰ ਰਿਹਾ, ਮੇਰੀ ਉੱਥੇ ਬੈਟਰੀ ਜਿਹੜੀ ਉਹ ਡੈਡ ਹੋ ਚੁੱਕੀ ਸੀ। ਮੈਨੂੰ ਹੈਗਾ ਸੀ ਕਿ ਮੈਂ ਵੱਧ ਤੋਂ ਵੱਧ ਸ਼ੋਟਸ ਉਸ ਜਗ੍ਹਾ 'ਤੇ ਕੈਪਚਰ ਕਰ ਸਕਾਂ, ਇਸ ਲਈ ਮੈਂ ਐਂਡਿੰਗ ਘਰ ਆ ਕੇ ਸ਼ੂਟ ਕਰ ਰਿਹਾ ਹੈਗਾ, ਨਹੀਂ ਤਾਂ ਉੱਥੇ ਕਰਨ ਲੱਗਦਾ ਤਾਂ ਫਿਰ ਜਿਹੜੇ ਦੋ ਚਾਰ ਸ਼ੋਟਸ ਤੁਸੀਂ ਜ਼ਿਆਦਾ ਦੇਖੇ ਹੈਗੇ ਆ ਉਹ ਘੱਟ ਜਾਣੇ ਹੈਗੇ ਸੀ। ਹਰ ਇੱਕ ਨਿੱਕੀ ਤੋਂ ਨਿੱਕੀ ਡਿਟੇਲ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ, ਇਹਨਾਂ ਦੀ ਵੈਬਸਾਈਟ ਦਾ ਨਾਮ ਮਿਲ ਜੂਗਾ, ਐਡਰੈਸ ਮਿਲ ਜੂਗਾ, ਮੈਪ ਲੋਕੇਸ਼ਨ ਮਿਲ ਜੂਗੀ, ਕੰਟੈਕਟ ਨੰਬਰ ਮਿਲ ਜਾਣਗੇ, ਟਿਕਟ ਬੁੱਕ ਕਿੱਦਾਂ ਕਰਨੀ ਹੈਗੀ ਆ ਉਹਦਾ ਲਿੰਕ ਮਿਲ ਜੂਗਾ, ਅਗਰ ਤੁਸੀਂ ਘਰੋਂ ਹੀ ਔਨਲਾਈਨ ਬੁੱਕ ਕਰਕੇ ਜਾਣਾ ਚਾਹੁੰਦੇ ਹੈਗੇ ਉਹ ਵੀ ਹੁੰਦੀ ਹੈਗੀ ਆ। ਅਤੇ ਉਹ ਸਟਾਰਟ ਕਰਦੇ ਆ ਇਹਨਾਂ ਦੇ ਕੀ ਫੀਚਰਸ ਦੀ ਗੱਲਾਂ, ਮੈਂ ਸੋਚਿਆ ਸੀ ਕਿ ਇੱਕ ਅਲੱਗ ਪਾਰਟ ਕਰੂੰਗਾ, ਪਰ ਮੈਂ ਇਹਦੇ ਵਿੱਚ ਤੁਹਾਨੂੰ ਦੱਸ ਦਿੰਦਾ ਹੈਗਾ ਵਾ ਕਿ ਸਭ ਤੋਂ ਪਹਿਲਾਂ ਆਪਾਂ ਪਾਰਕਿੰਗ ਤੋਂ ਸਟਾਰਟ ਕਰਦੇ ਹਾਂ ਨਾ। ਪਾਰਕਿੰਗ ਗਾਈਜ਼ ਇੰਨੀ ਜ਼ਿਆਦਾ ਨਾ, ਇੰਨਾ ਕੋਲ ਜਿੰਨਾ ਮਰਜ਼ੀ ਰਸ਼ ਪੈ ਜਾਵੇ ਕੋਈ ਚੱਕਰ ਵਾਲੀ ਗੱਲ ਨਹੀਂ, ਸਭ ਤੋਂ ਵੱਡੀ ਪਾਰਕਿੰਗ ਹੈਗੀ ਆ। ਦੂਜਾ ਇਹ ਹੈ ਕਿ ਫਰੀ ਪਾਰਕਿੰਗ ਹੈਗੀ ਆ, ਐਂਟਰ ਕਰਦੇ ਹਾਂ ਸਿਕਿਉਰਟੀ ਦਾ ਪੂਰਾ ਧਿਆਨ ਰੱਖਣਾ, ਪਹਿਲਾਂ ਸਿਕਿਉਰਟੀ ਚੈੱਕ ਹੀ ਨਹੀਂ ਹੁੰਦਾ ਵਾ, ਫਿਰ ਉਹਦੇ ਬਾਅਦ ਜਦੋਂ ਟਿਕਟ ਕਾਊਂਟਰ 'ਤੇ ਜਾਂਦੇ ਟਿਕਟ ਲੈਂਦੇ ਹਾਂ, ਬੈਂਡ ਦਿੰਦੇ ਆ, ਬੈਂਡ ਦੇ ਵਿੱਚ ਨਾ ਗਾਈਜ਼ ਚਿੱਪ ਜੀ ਇੱਕ ਪਾਈ ਹੈਗੀ ਆ ਜਿਹਨੂੰ ਵੀ ਸਕੈਨ ਕਰੋਗੇ ਤੁਸੀਂ ਅਤੇ ਅੰਦਰ ਐਂਟਰੀ ਕਰ ਸਕਦੇ ਹੈਗੇ ਵਾਟਰ ਪਾਰਕ 'ਚ। ਫਿਰ ਉਹਦੇ ਬਾਅਦ ਕੀ ਹੁੰਦਾ, ਇੰਨੀ ਵਧੀਆ ਜਗ੍ਹਾ 'ਤੇ ਆਪਾਂ ਜਦੋਂ ਜਾਂਦੇ ਹੈਗੇ ਹਾਂ ਤਾਂ ਸਾਨੂੰ ਸਭ ਤੋਂ ਜ਼ਿਆਦਾ ਹੁੰਦਾ ਹੈਗਾ ਕਿ ਜਿਹੜਾ ਸਾਡਾ ਆਪਣਾ ਸਮਾਨ ਹੁੰਦਾ ਜਿਹੜਾ ਆਪਾਂ ਕੈਰੀ ਕੀਤਾ ਉਹ ਕਿੱਥੇ ਰੱਖਣਾ ਹੈਗਾ ਵਾ। ਹਰ ਵਾਰੀ ਗੱਡੀ 'ਚ ਰੱਖ ਕੇ ਤਾਂ ਨਹੀਂ ਆ ਸਕਦੇ, ਹੈ ਨਾ, ਕਿਤੇ ਨਾ ਕਿਤੇ ਤੁਹਾਨੂੰ ਸਿਕਿਉਰਟੀ ਚਾਹੀਦੀ ਹੈਗੀ ਆ। ਸੋ ਮੈਂ ਦੇਖਿਆ ਇਹਨਾਂ ਦਾ ਬਹੁਤ ਵਧੀਆ ਸਿਸਟਮ ਹੈਗਾ ਵਾ, ਸਿਕਿਉਰਟੀ ਦਾ ਤੁਹਾਨੂੰ ਕੋਈ ਟੈਨਸ਼ਨ ਨਹੀਂ, ਸਕੈਨ ਕਰਾਂਗੇ, ਲੋਕਰ ਖੁੱਲ੍ਹੇਗਾ, ਲੋਕਰ ਦੀਆਂ ਸਾਈਨ ਕਰ ਲੈਣਾ। ਟਿਕਟ ਪ੍ਰਾਈਜ਼ ਜਿਹੜੀ ਹੈਗੀ ਹੈ ਇਹਨਾਂ ਦਾ 1299 ਹੀ ਚੱਲੇ ਕਰਦਾ ਹੈਗਾ, ਆਉਣ ਵਾਲੇ ਟਾਈਮ 'ਤੇ ਮਹਿੰਗਾ ਹੋ ਜਾਣਾ ਹੈਗਾ ਵਾ, ਠੀਕ ਹੈ, 2000 ਦੇ ਅਰਾਊਂਡ, ਹਜੇ 1299 ਚੱਲੇ ਕਰਦਾ ਹੈਗਾ। ਤੁਸੀਂ ਜਲਦੀ ਤੋਂ ਜਲਦੀ ਸਾਰੇ ਜਾਓ ਅਤੇ ਪਾਰਕ ਦੇ ਨਜ਼ਾਰੇ ਲੈ ਕੇ ਆਓ। ਖਾਣਾ ਇਹਨਾਂ ਦਾ ਬਫੇ ਮਿਲਦਾ ਹੈਗਾ ਵਾ, 1-4 ਬਫੇ ਲੱਗਿਆ ਹੁੰਦਾ ਵਾ, ਠੀਕ ਹੈ। ਬਫੇ ਤੋਂ ਬਾਅਦ ਅਗਰ ਕਿਸੇ ਨੂੰ ਬਾਰ ਇੰਜੋਏ ਕਰਨੀ ਹੈਗੀ ਆ, ਅਸੀਂ ਨਹੀਂ ਕਹਿੰਦੇ ਕੋਈ ਕਰੋ, ਜੇ ਕਿਸੇ ਨੂੰ ਮਤਲਬ ਕਿ ਡਰਿੰਕ ਵਗੈਰਾ ਦਾ ਜਾਂ ਬਾਰ ਦਾ ਕੋਈ ਵੀ ਹੈ ਨਾ ਹਿਸਾਬ ਕਿਤਾਬ ਕਰਨ ਦਾ ਦਿਲ ਕਰਦਾ, ਇੱਕ ਵਾਟਰ ਪਾਰਕ ਦੇ ਵਿੱਚ ਮੈਂ ਪਹਿਲੀ ਵਾਰੀ ਦੇਖ ਰਿਹਾ, ਬਾਕੀਆਂ ਦਾ ਪਤਾ ਨਹੀਂ, ਮੈਨੂੰ ਉਹ ਘੁੰਮ ਫਿਰ ਕੇ ਆਏ ਦੇ ਹੈਗੇ, ਉਹਨਾਂ ਨੇ ਦੇਖਿਆ ਕਿ ਨਹੀਂ ਮੈਂ ਪਹਿਲੀ ਵਾਰੀ ਐਡੀ ਵੱਡੀ ਵਾਟਰ ਪਾਰਕ 'ਚ ਗਿਆ ਜਿੱਥੇ ਬਾਰ ਵੀ ਬਣੀ ਹੋਈ ਆ, ਬਹੁਤ ਵਧੀਆ ਗੱਲ ਹੈਗੀ ਆ। ਸਭ ਤੋਂ ਵੱਡੀ ਗੱਲ ਹੈਗਾ 20 acres ਦਾ ਸਪੇਸ ਹੈਗਾ ਵਾ ਇਹਨਾਂ ਕੋਲ, 13 acres ਦੀ ਵਾਟਰ ਪਾਰਕ ਹੈ, 7 acres ਦਾ ਪਨ ਫਨ ਹੈ। ਅਸੀਂ ਜਿਹੜੀ ਜਗ੍ਹਾ 'ਤੇ ਗਏ ਉਹ ਪੰਜ ਆਈ, ਉਹਦੇ 'ਤੇ ਵਾਟਰ ਪਾਰਕ ਹੈਗੀ ਆ, ਜਿਹੜਾ ਪਨ ਫਨ ਹੈਗਾ ਉਹਦੇ 'ਚ ਇਨਡੋਰ ਗੇਮਸ ਵਗੈਰਾ ਹੈਗੀਆਂ ਨੇ, ਜਿਹੜੀ ਵਾਟਰ ਸਲਾਈਡਸ ਆ ਬਹੁਤ ਜ਼ਬਰਦਸਤ ਹੈਗੀਆਂ ਨੇ, ਹਰ ਇੱਕ ਵਾਟਰ ਸਲਾਈਡ ਦਾ ਆਪਾਂ ਇੰਜੋਏ ਕੀਤਾ ਹੈਗਾ। ਜਿੱਥੋਂ ਸਲਾਈਡ ਕਰਵਾਉਂਦੇ ਹੈਗੇ ਨਾ ਉੱਥੇ ਵੀ ਅਟੈਂਡੈਂਟ ਬੈਠੇ ਹੁੰਦੇ ਆ, ਅਤੇ ਜਿੱਥੋਂ ਆਪਾਂ ਡਾਊਨ ਥੱਲੇ ਆਉਂਦੇ ਹੈਗੇ ਉਹਦੇ ਵਿੱਚ ਵੀ ਅਟੈਂਡੈਂਟ ਹੁੰਦੇ ਹੈਗੇ, ਅਤੇ ਬਹੁਤ ਵਧੀਆ ਗੱਲ ਹੈਗੀ ਹਰ ਇੱਕ ਚੀਜ਼ ਦਾ ਖਾਸ ਤੌਰ 'ਤੇ ਧਿਆਨ ਰੱਖੇ ਦਾ, ਬੱਚਿਆਂ ਵਾਸਤੇ, ਵੱਡਿਆਂ ਵਾਸਤੇ, ਕੋਈ ਲੜਾਈ ਨਾ ਹੋ ਜਾਵੇ, ਬਾਊਂਸਰ ਵਗੈਰਾ, ਹਰ ਇੱਕ ਚੀਜ਼ ਓਵਰਆਲ ਇਹਨਾਂ ਬਹੁਤ ਵਧੀਆ ਲੋਕੇਸ਼ਨ ਹੈਗੀ। ਅਤੇ ਹੋਰ ਨਿੱਕੀ ਮੋਟੀਆਂ ਜਿਹੜੀਆਂ ਡਿਟੇਲਸ ਹੋਣਗੀਆਂ
ਉਹ ਸਾਰੀਆਂ ਡਿਸਕ੍ਰਿਪਸ਼ਨ ਦੇ ਵਿੱਚ ਮਿਲਣਗੀਆਂ ਤੁਹਾਨੂੰ। ਖਾਣਾ ਬਹੁਤ ਜ਼ਬਰਦਸਤ ਹੈ ਇਹਨਾਂ ਦਾ, ਖਾਣੇ ਦੀ ਕੁਆਲਿਟੀ ਬਹੁਤ ਵਧੀਆ, 1-4 ਮਿਲਦੀ ਆ। ਬਾਕੀ ਇੱਕ ਮੇਨ ਚੀਜ਼ ਹੋਰ ਹੈਗੀ ਹੈ, ਜਦੋਂ ਆਪਾਂ ਵਾਟਰ ਪਾਰਕ ਇੰਜੋਏ ਕਰਕੇ ਆਉਂਦੇ ਹੈਗੇ ਤਾਂ ਸਾਨੂੰ ਹੁੰਦਾ ਵਾ ਕਿ ਅਸੀਂ ਮਤਲਬ ਕਿ ਸ਼ਾਵਰ ਲੈਣਾ ਹੈਗਾ, ਪਾਣੀ ਸਾਫ਼ ਨਾਲ ਹੈ ਨਾ ਇੱਕ ਵਾਰੀ ਨਹਾਉਣਾ ਹੈਗਾ, ਅਤੇ ਉੱਥੇ ਕੋਈ ਕਮੀ ਨਹੀਂ ਹੈਗੀ। ਇੱਕ ਟਾਈਮ ਦੇ ਉੱਤੇ ਤੁਸੀਂ ਭਾਵੇਂ, ਮੈਨੂੰ ਲੱਗਦਾ 30 ਬੰਦੇ ਇੱਕਦਮ ਸ਼ਾਵਰ ਲੈ ਸਕਦੇ ਹੈਗੇ ਆ, ਇੰਨੀ ਕੁ ਉਹਨਾਂ ਨੇ ਸਪੇਸ ਬਣਾਈ ਦੀ ਹੈਗੀ ਆ। ਹੋਰ ਕੀ ਹੁੰਦਾ ਹੈਗਾ ਵਾ ਇੱਕ ਵਾਟਰ ਪਾਰਕ ਦੇ ਵਿੱਚ, ਇਹੋ ਜਿਹੀ ਕੀ ਜਗ੍ਹਾ ਦੇ ਵਿੱਚ ਸਹੂਲਤਾਂ ਹੀ ਚਾਹੀਦੀਆਂ ਹੁੰਦੀਆਂ ਇੱਕ ਬੰਦੇ ਨੂੰ, ਹੈ ਨਾ, ਜੇ ਪੇਮੈਂਟ ਲੈਂਦੇ ਆ ਤਾਂ ਹਰ ਇੱਕ ਚੀਜ਼ ਵਰਥ ਲੱਗੀ ਮੈਨੂੰ ਇਹਨਾਂ ਦੀ। 5 ਵਜੇ ਦੀ ਪੂਰੀ ਟੀਮ ਨੇ ਸਾਨੂੰ ਮਤਲਬ ਕਿ ਬਹੁਤ ਰਿਗਾਰਡ ਦਿੱਤਾ ਹੈਗਾ, ਟਿਕਟ ਕਾਊਂਟਰ ਤੋਂ ਲੈ ਕੇ ਅੰਦਰ ਜਿੰਨੇ ਵੀ ਹੈ ਨਾ ਵਾਟਰ ਸਲਾਈਡਸ ਦੇ ਉੱਤੇ ਜਿਹੜੇ ਤੈਨਾਤ ਸੀ ਬੰਦੇ, ਹੈ ਨਾ, ਜਿਹੜੇ ਕੰਮ ਕਰ ਰਹੇ ਸੀ ਉੱਥੇ, ਹੈ ਨਾ, ਅਟੈਂਡੈਂਟ ਉਹਨਾਂ ਦੇ ਜਿਹੜੇ ਸਲਾਈਡ ਅਟੈਂਡੈਂਟ ਸੀ, ਉਹਨਾਂ ਸਾਰਿਆਂ ਨੇ ਬੜਾ ਰਿਗਾਰਡ ਕੀਤਾ, ਬਹੁਤ ਚੰਗਾ ਲੱਗਾ। ਸਾਰੀ 5 ਵਜੇ ਦੀ ਟੀਮ ਨੂੰ ਦਿਲੋਂ ਥੈਂਕਸ ਹੈਗਾ ਵਾ, ਅਤੇ ਅਸੀਂ ਵੀ ਸਾਰਿਆਂ ਨੂੰ ਇਹ ਕਹਾਂਗੇ ਵੱਧ ਚੜ੍ਹ ਕੇ ਤੁਸੀਂ ਉੱਥੇ ਜਾਓ 5 ਵਜੇ ਬਠਿੰਡਾ, ਅਤੇ ਇੰਜੋਏ ਕਰਕੇ। ਅਤੇ ਬਾਕੀ ਇੱਕ ਹੋਰ ਮੇਨ ਚੀਜ਼ ਹੈਗੀ, ਜਦੋਂ ਐਡੀ ਵੱਡੀ ਪਾਰਕ ਦੇ ਵਿੱਚ ਬੰਦਾ ਘੁੰਮਦਾ ਫਿਰਦਾ ਹੈਗਾ ਤਾਂ ਇੰਨੀ ਗਰਮੀ ਹੋਵੇ ਤਾਂ ਥੱਕ ਹੀ ਜਾਂਦਾ ਹੈਗਾ, ਅਤੇ ਥੱਕਦੇ ਥੱਕਦੇ ਜਦੋਂ ਬੰਦੇ ਨੂੰ ਪਿਆਸ ਲੱਗਦੀ ਹੈਗੀ ਆ, ਅਤੇ ਤੁਹਾਨੂੰ ਵਾਟਰ ਬੋਟਲ ਲੈਣ ਦੀ ਕੋਈ ਲੋੜ ਹੈ ਨਹੀਂ, ਕਿਉਂ ਉੱਥੇ ਹਰ ਇੱਕ ਜਗ੍ਹਾ ਦੇ ਉੱਤੇ ਵਾਟਰ ਕੂਲਰ ਲਾਏ ਹੈਗੇ ਆ ਉਹਨਾਂ ਨੇ, ਠੰਡਾ ਪਾਣੀ ਉਹਦੇ ਵਿੱਚ ਪਾਇਆ ਹੁੰਦਾ, ਡਿਸਪੋਜ਼ੇਬਲ ਗਲਾਸ ਲੱਗਿਆ ਗਿਆ, ਪਾਣੀ ਫਿਲ ਕਰੋ ਪੀਓ ਅਤੇ ਡਿਸਪੋਜ਼ੇਬਲ ਗਲਾਸ ਡਿਸਕਾਰਡ ਕਰ ਦਿਓ। ਅਤੇ ਬਾਕੀ ਜਿਹੜੀ ਕੋਸਟਿਊਮ ਹੈਗੀ ਉਹ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਦੱਸਿਆ ਹੈਗਾ ਵਾ ਕਿ 400 ਰੁਪਇਆ ਲੈਂਦੇ ਆ ਇੱਕ ਕੋਸਟਿਊਮ ਦਾ, ਪਰ 300 ਰੁਪਇਆ ਰਿਫੰਡੇਬਲ ਹੁੰਦੇ ਆ ਅਤੇ 100 ਰੁਪਏ ਰੱਖਦੇ ਹੈਗੇ ਆ। ਅਤੇ 100 ਰੁਪਏ ਰੱਖਣ ਦਾ ਵੀ ਇੱਕ ਰੀਜ਼ਨ ਹੈਗਾ, ਕਿਉਂ ਉਹ ਜਿਹੜੀ ਡਰੈਸਿਸ ਹੁੰਦੀ ਆ ਨਾ, ਕੋਸਟਿਊਮ ਹੁੰਦਾ ਜਿਹੜਾ, ਉਹ ਹਰ ਰੋਜ਼ ਸ਼ਾਮ ਨੂੰ ਬਠਿੰਡੇ ਜਾਂਦਾ ਲਾਂਡਰੀ ਦੇ ਵਿੱਚ, ਆਪਾਂ ਭਾਅ ਜੀ ਉਹਨਾਂ ਤੋਂ ਪੁੱਛਿਆ ਸੀ ਅਤੇ ਐਨ ਸਾਫ਼ ਸੁਥਰਾ ਕਰਕੇ ਤੁਹਾਡੇ ਲਈ ਲੈ ਕੇ ਆਉਂਦੇ ਹੈਗੇ। ਅਤੇ ਬਹੁਤ ਵਧੀਆ ਲੋਕੇਸ਼ਨ ਹੈਗੀ ਆ, ਪੰਜਾਬ ਦਾ ਪਿਕਨਿਕ ਸਪੋਟ ਹੈ, ਟੂਰਿਸਟ ਸਪੋਟ ਹੈ, ਸਾਰੇ ਜਣੇ ਵੱਧ ਚੜ੍ਹ ਕੇ ਆਓ, ਸਾਨੂੰ ਬਾਹਰ ਜਾਣ ਦੀ ਕਿਤੇ ਲੋੜ ਹੈ ਨਹੀਂ। ਇਹਨਾਂ ਦੀ ਜਿਹੜੀ ਆਈ ਕੈਚਿੰਗ ਚੀਜ਼ ਹੈਗੀ, ਇਹਦਾ ਕਰਿਊਜ਼ ਬਹੁਤ ਜ਼ਬਰਦਸਤ ਹੈਗਾ, ਇੱਕ ਵਾਰੀ ਮੈਂ ਕਹਿੰਦਾ ਤੁਸੀਂ ਆਪ ਜਾ ਕੇ ਦੇਖੋ, ਕਰਿਊਜ਼ ਇੰਨਾ ਸੋਹਣਾ ਲੱਗਦਾ ਨਾ। ਨੌਰਥ ਇੰਡੀਆ, ਪੂਰੇ ਇੰਡੀਆ ਦੇ ਵਿੱਚ ਮੈਂ ਕਹਿੰਦਾ ਕਿ ਇੱਦਾਂ ਦਾ ਕਰਿਊਜ਼ ਨਹੀਂ ਹੋਣਾ ਵਾਟਰ ਪਾਰਕ ਦੇ ਵਿੱਚ, ਬਹੁਤ ਜ਼ਬਰਦਸਤ ਵਾਟਰ ਪਾਰਕ ਹੈਗੀ ਆ। ਅਤੇ ਇਹ ਹੀ ਸਾਡਾ ਛੋਟਾ ਜਿਹਾ ਪਿਆਰਾ ਜਿਹਾ ਸੋਹਣਾ ਜਿਹਾ ਵਲੌਗ, ਜੇ ਵਲੌਗ ਵਧੀਆ ਲੱਗਿਆ ਵਲੌਗ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨਾ, ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲੈਣਾ, ਉਹਦਾ ਫਾਇਦਾ ਤੁਹਾਨੂੰ ਪਤਾ ਹੀ ਹੈ, ਜਦੋਂ ਵੀ ਮੈਂ ਆਪਣੀ ਨਵੀਂ ਵੀਡੀਓ ਪਾਵਾਂਗਾ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਾਏਗੀ। ਮਿਲਦੇ ਤੁਹਾਨੂੰ ਇੱਕ ਹੋਰ ਸੋਹਣੀ ਜਿਹੀ ਪਿਆਰੀ ਨਵੀਂ ਵੀਡੀਓ ਦੇ ਨਾਲ। ਟੀਲ ਦੈਨ ਟੇਕ ਕੇਅਰ, ਬਾਏ ਬਾਏ, ਚੰਗਾ ਅਗਲੀ ਵਾਰੀ।